ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੂਹੀ ਰਾਗ ਮਹੱਲਾ ਚੌਥਾ। ਨਾਮ ਮਿਲੇ ਮਨ ਤ੍ਰਿਪਤੀਐ, ਬਿਨ ਨਾਮੇ ਤ੍ਰੈਗ ਜੀਵਾਸ। ਨਾਮ ਮਿਲੇ ਮਨ ਤ੍ਰਿਪਤੀਐ, ਬਿਨ ਨਾਮੇ ਤ੍ਰੈਗ ਜੀਵਾਸ। ਇਹ ਬਾਣੀ ਮਹਾਰਾਜ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੀ ਹੈ। ਗੁਰੂ ਸਾਹਿਬ ਜੀ ਨਾਮ ਦੇ ਬਾਰੇ ਫਰਿਆਦ ਕਰ ਰਹੇ ਆਪਣੇ ਸਤਿਗੁਰ ਦੇ ਅੱਗੇ, ਹੈ ਮੇਰੇ ਮਾਲਕ ਮੈਨੂੰ ਉਹ ਨਾਮ ਦੇ ਜਿਹਦੇ ਨਾਲ ਮੇਰੇ ਮਨ ਨੂੰ ਤ੍ਰਿਪਤਾ, ਸ਼ਾਂਤੀ, ਪਿਆਰ, ਮੁਹੱਬਤ ਆ ਜਾਵੇ। ਮੈਨੂੰ ਉਹ ਨਾਮ ਦੇ ਦੇ। ਨਾਮ ਕੋਈ ਲਫਜ਼ ਨਹੀਂ, ਨਾਮ ਇੱਕ ਸ਼ਕਤੀ ਹੈ, ਪਾਵਰ ਹੈ। ਜਿਸ ਤਰ੍ਹਾਂ ਕਿਸੇ ਪੌਦੇ ਨੂੰ ਤੁਸੀਂ ਪਾਣੀ ਦਿੰਦੇ ਹੋ, ਉਹਦੀ ਹਾਲਤ ਬਦਲ ਜਾਂਦੀ ਹੈ, ਉਸ ਪੌਦੇ ਵਿੱਚ ਰੰਗ ਰੂਪ ਆ ਜਾਂਦਾ ਹੈ, ਉਹਦੀਆਂ ਸ਼ਾਖਾਂ ਬਹੁਤ ਸੋਹਣੀਆਂ ਅਤੇ ਬੜੇ ਸੋਹਣੇ ਹਰੇ ਪੱਤੇ ਹੋ ਜਾਂਦੇ ਹੈ, ਉਹਦੇ ਵਿੱਚ ਧੀਰਜ ਆ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਹੈ, ਹੈ ਮੇਰੇ ਮਾਲਕ ਮੈਨੂੰ ਉਹ ਨਾਮ ਦੇ ਦੇ ਜਿਹਦੇ ਨਾਲ ਮੇਰੇ ਅੰਦਰ ਸ਼ਾਂਤੀ, ਪਿਆਰ, ਮੁਹੱਬਤ ਮੇਰੇ ਅੰਦਰ ਆ ਜਾਏ। ਅਗਰ ਉਹ ਨਾਮ ਨਹੀਂ ਤਾਂ ਸਾਡਾ ਜੀਵਣਾ ਤ੍ਰਿਗ ਹੈ। ਤ੍ਰਿਗ ਗੁਰੂ ਸਾਹਿਬ ਜੀ ਕਹਿ ਰਹੇ ਹੈ, 10,000 ਫੜਕਾਰ ਕਿਸੇ ਨੂੰ ਕਹੀ ਜਾਵੇ, ਇੱਕ ਤ੍ਰਿਗ ਬਣਦੀ ਹੈ। ਤ੍ਰਿਗ ਛੋਟੀ ਜਿਹੀ ਚੀਜ਼ ਨਹੀਂ, ਸਾਰਿਆਂ ਫਕੀਰਾਂ ਨੇ ਦਿਨ ਰਾਤ ਮਿਹਨਤ ਕੀਤੀ ਉਸ ਨਾਮ ਦੇ ਵਾਸਤੇ। ਲਫਜ਼ ਤੋਂ ਅਸੀਂ ਗਿਣਦੇ ਹੀ ਰਹਿੰਦੇ ਹਾਂ, ਲਫਜ਼ ਹੀ ਬਦਲ ਜਾਂਦੇ ਹੈ, ਲਫਜ਼ਾਂ ਦਾ ਹੀ ਕੁਝ ਹੋਰ ਬਣ ਜਾਂਦਾ ਹੈ। ਹਰ ਇੱਕ ਚੀਜ਼ ਜਿਹੜੀ ਹੈ ਉਹ ਬਦਲ ਜਾਂਦੀ ਹੈ। ਤੁਸੀਂ ਮੱਖਣ ਨੂੰ 100 ਵਾਰ ਪਾਣੀ ਦੇ ਵਿੱਚੋਂ ਕੱਢ ਦਿਓ, ਉਹ ਜ਼ਹਿਰ ਬਣ ਜਾਏਗਾ। ਅਗਰ ਉਸ ਨੂੰ ਸਾਫ਼ ਕਰਕੇ ਉਹਦਾ ਘਿਓ ਬਣਾ ਲਓ, ਅੱਗ 'ਤੇ ਚਾੜ ਕੇ ਉਹਦਾ ਵਾਦ ਨਿਕਲ ਜਾਏਗਾ, ਉਹ ਰਤਨ ਚੀਜ਼ ਬਣ ਜਾਏਗਾ। ਤੁਸੀਂ ਸਾਲ ਭਰ ਰੱਖੋ, ਉਹਨੂੰ ਕੋਈ ਫਰਕ ਨਹੀਂ ਪਏਗਾ। ਅਗਰ ਉਸੇ ਨੂੰ ਤੁਸੀਂ 100 ਵਾਰ ਪਾਣੀ ਦੇ ਵਿੱਚੋਂ ਕੱਢੋ, ਉਹ ਜ਼ਹਿਰ ਬਣ ਜਾਏਗਾ, ਜਿਹੜਾ ਖਾਏਗਾ ਉਹਨੂੰ ਜ਼ਹਿਰ ਵਰਗਾ ਲੱਗੇਗਾ। ਹਰ ਚੀਜ਼ ਤਰੀਕੇ ਨਾਲ ਬਦਲਦੀ। ਇਸੇ ਤਰ੍ਹਾਂ ਜਿਉਂ ਜਿਉਂ ਸਿੱਖ ਨਾਮ ਜਪਦਾ ਹੈ ਸਤਿਗੁਰ ਦੇ ਕਹਿਣੇ ਮੁਤਾਬਕ, ਤੋ ਤਬਦੀਲੀ ਹੋਣਾ ਸ਼ੁਰੂ ਹੋ ਜਾਂਦੀ ਹੈ।
ਉਹ ਨਾਮ ਸਾਡੇ ਅੰਦਰ ਜਿਹੜਾ ਸ਼ਬਦ ਆ ਰਿਹਾ, ਉਹ ਲੱਜਤ, ਉਹ ਸਵਾਦ ਜਿਹੜਾ ਸਾਡੇ ਅੰਦਰ ਆ ਰਿਹਾ, ਉਹ ਸਿੱਖ ਨੂੰ ਮਿਲਣਾ ਸ਼ੁਰੂ ਹੋ ਜਾਂਦਾ। ਉਹਦੇ ਅੰਦਰ ਪਿਆਰ, ਮੁਹੱਬਤ, ਹਰ ਇੱਕ ਚੀਜ਼, ਉਹ ਗੁਣ ਉਹਦੇ ਅੰਦਰ ਆਉਣਾ ਸ਼ੁਰੂ ਹੋ ਜਾਂਦੇ ਹੈ। ਜਿਸ ਤਰ੍ਹਾਂ ਫਰੀਦ ਸਾਹਿਬ ਨੇ ਫਰਮਾਇਆ, ਫਰੀਦਾ ਜੇ ਤੈਂ ਮਾਰੇ ਕੋਈ ਮੋਕੀਆਂ, ਤੂੰ ਉਲਟ ਨਾ ਮਾਰੀ ਘੁੰਮ, ਘਰ ਜਿਨ੍ਹਾਂ ਦੇ ਜਾ ਕੇ ਪੈਰ ਤਿਨ੍ਹਾਂ ਦੇ ਚੁੰਮ। ਸ਼ਾਂਤੀ ਔਰ ਪਿਆਰ ਮੁਹੱਬਤ, ਐ ਫਰੀਦ ਤੂੰ ਆਪਣੇ ਆਪ ਨੂੰ ਨਾ ਕੁਛ ਕਹੀਂ, ਆਪਣਾ ਆਪ ਤੂੰ ਠੀਕ ਰੱਖੀ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਫਰਮਾ ਰਹੇ ਹੈ, ਮਹਾਰਾਜ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਆਪਣੇ ਸਤਿਗੁਰ ਦੇ ਪਾਸ ਫਰਿਆਦ ਕਰ ਰਹੇ ਹੈ ਕਿ ਸਾਨੂੰ ਉਹ ਨਾਮ ਦੇ ਦਿਓ ਜਿਹੜਾ ਸਾਡੇ ਅੰਦਰ ਸ਼ਾਂਤੀ ਔਰ ਪਿਆਰ ਮੁਹੱਬਤ ਜਿਹਦੇ ਨਾਲ ਸਾਨੂੰ ਮਿਲ ਜਾਏ। ਸੰਤਾਂ ਨੇ ਹਮੇਸ਼ਾ ਸੀ ਉਸੇ ਨਾਮ ਦੀ ਤੜਫ, ਉਸੇ ਨਾਮ ਦੀ ਫਰਿਆਦ, ਉਸੇ ਨਾਮ ਵਾਸਤੇ ਦਿਨ ਰਾਤ ਜਾਗਣਾ, ਰਾਤ ਔਰ ਫਰਿਆਦਾਂ ਕਰਨੀਆਂ ਉਸ ਨਾਮ ਦੇ ਵਾਸਤੇ। ਇਹਨਾਂ ਲਫ਼ਜ਼ਾਂ ਨੂੰ ਉਲਟਾਉਣਾ ਹੈ, ਇਹੀ ਲਫ਼ਜ਼ ਜਿਹੜੇ ਹੈ ਇਹੀ ਉਲਟ ਜਾਣਗੇ ਜਿਉਂ ਜਿਉਂ ਅਸੀਂ ਇਹਨਾਂ ਦਾ ਕੋਰਸ ਕਰਾਂਗੇ, ਇਹ ਕੁਛ ਹੋਰ ਬਣ ਜਾਣਗੇ। ਹਾਂਜੀ, ਨਾਮ ਮਿਲੇ ਮਨ ਤ੍ਰਿਪਤੀ ਹੈ, ਬਿਨ ਨਾਮੇ ਤ੍ਰਿਗ ਜੀਵਾਸ, ਕੋਈ ਗੁਰ ਮੁਖ ਸਜਣ ਜੇ ਮਿਲੇ, ਮੈਂ ਦੱਸੇ ਪ੍ਰਭ ਗੁਣ ਤਾਸ। ਸੰਤਾਂ ਵਿੱਚ ਇਹ ਬੜੀ ਤਾਰੀਫ ਹੈ, ਉਹ ਕਿਸੇ ਦਾ ਨਾਂ ਨਹੀਂ ਲੈਂਦੇ। ਅਸੀਂ ਸੰਤਾਂ ਦੇ ਜਾਣ ਤੋਂ ਬਾਅਦ ਪਾਰਟੀਆਂ ਬਣਾ ਲੈਂਦੇ ਹਾਂ, ਮਜ਼ਹਬ ਬਣਾ ਲੈਂਦੇ ਹਾਂ, ਲੇਕਿਨ ਸੰਤ ਨਾ ਕੋਈ ਪਾਰਟੀ ਬਣਾਉਂਦੇ ਹੈ, ਨਾ ਕੋਈ ਮਜ਼ਹਬ ਬਣਾਉਂਦੇ ਹੈ, ਅਤੇ ਨਾ ਉਹ ਕਿਸੇ ਦਾ ਨਾਂ ਲੈਂਦੇ। ਉਹਨਾਂ ਦੀ ਪਾਰਟੀ ਮੁਸ਼ਤਰਕਾ ਹੈ, ਕੋਮਨ, ਜਿਹਦੇ ਵਿੱਚ ਹਿੰਦੂ, ਮੁਸਲਮਾਨ, ਗਰੀਬ, ਅਮੀਰ, ਇਸਤਰੀ, ਪੁਰਸ਼, ਹਰੇਕ ਉਹਨਾਂ ਦੀ ਪਾਰਟੀ ਦੇ ਵਿੱਚ ਹੈ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਕੋਈ ਗੁਰਮੁਖ ਸੱਜਣ ਜੇ ਮਿਲੇ, ਕੋਈ ਹੋਵੇ, ਇਹ ਨਹੀਂ ਕਿ ਕਿਸੇ ਦਾ ਨਾਂ ਹੈ, ਕੋਈ ਬੜਾ ਛੋਟਾ ਹੈ, ਨਹੀਂ, ਕੋਈ ਹੋਵੇ, ਉਹ ਸਾਨੂੰ ਮਾਲਕ ਦੇ ਮਿਲਣ ਦਾ ਰਸਤਾ ਦੱਸ ਦੇਵੇ, ਸਾਨੂੰ ਉਹ ਗੁਣ ਦੇ ਦੇਵੇ। ਗੁਰੂ ਸਾਹਿਬ ਜੀ ਫਰਮਾ ਰਹੇ ਆ, ਅਗਰ ਮਿਲ ਜਾਏ ਸਾਨੂੰ ਉਹ ਮਾਲਕ ਦਾ ਰਸਤਾ ਵੀ ਮਿਲ ਜਾਏ, ਅਸੀਂ ਉਹਦੀ ਸੇਵਾ ਕੀ ਕਰਾਂਗੇ। ਸਾਡਾ ਵੀ ਫਰਜ਼ ਹੈ ਕਿ ਐਸਾ ਗੁਰਮੁਖ ਕੋਈ ਮਿਲ ਜਾਏ, ਤੋ ਸਾਡਾ ਵੀ ਫਰਜ਼ ਹੈ ਕਿ ਅਸੀਂ ਉਹਦੀ ਸੇਵਾ ਕੀ ਕਰਾਂਗੇ। ਅੱਗੇ ਗੁਰੂ ਸਾਹਿਬ ਜੀ ਫਰਮਾਉਂਦੇ ਆ, ਹਾਂਜੀ, ਕੋਈ ਗੁਰਮੁਖ ਸਜਣ ਜੇ ਮਿਲੇ,
ਮੈਂ ਦੱਸੇ ਪ੍ਰਭ ਗੁਣ ਤਾਸ ਹੋ ਤਿਸ ਵਿਟੋ ਚੌਖਨੀ ਮੈਂ ਨਾਮ ਕਰੇ ਪਰਗਾਸ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਆਉਂ ਤਿਸ ਵਿੱਚੋਂ ਚੌਂ ਖਾਨੀ, ਮੈਂ ਆਪਣੇ ਸਰੀਰ ਦੀਆਂ ਚਾਰ ਖਾਨੀਆਂ ਚਾਰ ਇਸੇ ਕਰਕੇ ਉਹਨਾਂ ਦੇ ਅੱਗੇ ਅਰਪਣ ਕਰ ਦਿਆਂਗਾ। ਜੇ ਮੇਰੇ ਅੰਦਰ ਉਹ ਨਾਮ ਦਾ ਪ੍ਰਕਾਸ਼ ਹੋ ਜਾਏ, ਮੈਨੂੰ ਉਹ ਯੁਕਤੀ ਮਿਲ ਜਾਏ, ਮੈਨੂੰ ਉਹ ਮਿਲਣ ਦਾ ਰਸਤਾ ਮਿਲ ਜਾਏ, ਤਾਂ ਮੈਂ ਆਪਣੇ ਸਰੀਰ ਦੀ ਸੇਵਾ ਦੇ ਦਿਆਂਗਾ। ਚਾਰ ਖਾਨੀਆਂ ਕਰਕੇ ਮੈਂ ਉਹਨਾਂ ਦੇ ਅੱਗੇ ਭੇਟਾ ਕਰ ਦਿਆਂਗਾ। ਪਰ ਗੁਰੂ ਸਾਹਿਬ ਜੀ ਸਿਰਫ ਕਹਿ ਨਹੀਂ ਰਹੇ, ਉਹਨਾਂ ਆਪ ਭੇਟਾ ਕੀਤੀ। ਕਈ ਵਾਰ ਅੱਗੇ ਵੀ ਦੱਸਿਆ ਹੈ ਕਿ ਜਦੋਂ ਮਹਾਰਾਜ ਤੀਸਰੀ ਪਾਤਸ਼ਾਹੀ ਨੂੰ ਇਹ ਫੁਰਨਾ ਆਇਆ ਕਿ ਸਾਧ ਸੰਗਤ ਦੀ ਸੇਵਾ ਉਮਰ ਦੇ ਲਿਹਾਜ ਨਾਲ ਬੰਦਾ ਸੋਚਦਾ ਹੀ ਹੈ, ਜਿਸ ਤਰ੍ਹਾਂ ਅਸੀਂ ਘਰ ਗ੍ਰਹਿਸਥੀ ਦੇ ਮਾਮਲੇ ਵਿੱਚ ਵੀ ਕੋਈ ਸੋਚਦੇ ਹਾਂ ਕਿ ਘਰ ਦਾ ਕੰਮ ਕਿਸ ਲੜਕੇ ਨੂੰ ਕਿਹੜਾ ਲਾਇਕ ਹੈ ਜਿਸ ਨੂੰ ਘਰ ਦੀ ਡਿਊਟੀ ਦੇਈਏ, ਕਿਆ ਸਾਡੀ ਜ਼ਿੰਦਗੀ ਦੀ ਕਮਾਈ ਕੋਈ ਖਰਾਬ ਤਾਂ ਨਹੀਂ ਕਰੇਗਾ, ਕਿਹੜਾ ਲਾਇਕ ਹੈ। ਇਸੇ ਤਰ੍ਹਾਂ ਸੰਤ ਮਹਾਤਮਾ ਵੀ ਜਿਹੜੀ ਪਿਛਲੀ ਚਾਲ ਚੱਲਦੀ ਆਈ ਹੈ, ਜਿਹੜੇ ਸ਼ਬਦ ਵਿਆਸੀ ਮਹਾਂਪੁਰਖ ਸੀ ਉਹਨਾਂ ਦੀ ਚਾਲ ਹੈ, ਇਹ ਕਿਸੇ ਦੀ ਜਾਇਦਾਦ ਨਹੀਂ ਹੈ ਕਿ ਕਿਸੇ ਇੱਕ ਬੰਦੇ ਦੀ ਜਾਇਦਾਦ ਹੈ ਉਹ ਜਾਇਦਾਦ ਉਹਦੇ ਪਰਿਵਾਰ ਨੇ ਲੈਣੀ ਹੈ ਜਾਂ ਰਿਸ਼ਤੇਦਾਰ ਲੈ ਸਕਦੇ ਹੈ, ਨਹੀਂ, ਇਹ ਕਿਸੇ ਦੀ ਵੀ ਜਾਇਦਾਦ ਨਹੀਂ, ਇਹ ਕਿਸੇ ਸਾਧੂ ਦੀ ਜਾਇਦਾਦ ਜਿਹੜਾ ਕਮਾਈ ਕਰੇ, ਇਹ ਕੋਈ ਵੀ ਹੋਵੇ ਭਾਵੇਂ। ਗੁਰੂ ਸਾਹਿਬ ਨੇ ਇਹ ਵਿਚਾਰ ਕੀਤੀ ਕਿ ਕਿਹੜਾ ਸਿੱਖ ਪ੍ਰੇਮੀ ਵਿਸ਼ਵਾਸ ਵਾਲਾ ਹੈ, ਕਮਾਈ ਵਾਲਾ ਹੈ, ਤਾਂ ਟਰਾਈ ਕਰਨਾ ਸ਼ੁਰੂ ਕੀਤੀ। ਇੱਕ ਮਾਮੂਲੀ ਕੰਮ ਦੱਸ ਦਿੱਤਾ ਕਿ ਆਓ ਭਾਈ ਸਾਰੇ ਇਕੱਠੇ ਹੋ ਕੇ ਮਿੱਟੀ ਦੇ ਚੌਂਦਰੇ ਬਣਾਓ, ਸਾਰੀ ਸੰਗਤ ਨੂੰ ਔਰ ਆਪਣੇ ਰਿਸ਼ਤੇਦਾਰ ਅਤੇ ਆਪਣੇ ਪਰਿਵਾਰ ਨੂੰ ਵੀ ਬੁਲਾ ਲਿਆ ਕਿ ਆਓ ਮਿੱਟੀ ਦੇ ਚੌਂਦਰੇ ਬਣਾਓ। ਮਿੱਟੀ ਦੇ ਚੌਂਦਰੇ ਬਣਾਉਣਾ ਸ਼ੁਰੂ ਕਰ ਦਿੱਤੇ। ਰੋਜ਼ ਗੁਰੂ ਸਾਹਿਬ ਜੀ ਆ ਕੇ ਦੇਖਣ ਦੇ ਕਹਿਣ, ਭਾਈ ਇਹ ਢਾ ਦਿਓ, ਇਹ ਚੰਗੇ ਨਹੀਂ ਬਣੇ। ਕਈ ਵਾਰ ਉਹਨਾਂ ਨੇ ਕਿਹਾ ਕਿ ਮਿੱਟੀ ਹੋਰ ਲਿਆਓ, ਕਈ ਵਾਰ ਕਿਹਾ ਇਸ ਜਗ੍ਹਾ ਨੂੰ ਤਬਦੀਲ ਕਰੋ, ਇਹ ਜਗ੍ਹਾ ਚੰਗੀ ਨਹੀਂ। ਇਸੇ ਤਰ੍ਹਾਂ ਕਰਦਿਆਂ ਕਰੇਂਦਿਆਂ ਸਭ ਸੰਗਤ ਹਟ ਗਈ। ਇੱਕ ਗੁਰੂ ਰਾਮਦਾਸ ਜੀ ਜਿਨ੍ਹਾਂ ਦੀ ਬਾਣੀ ਪੜ੍ਹ ਰਹੇ ਹੈ, ਉਹ ਕਾਇਮ ਰਹੇ, ਚੌਂਦਰੇ ਬਣਾਉਂਦੇ ਰਹੇ ਔਰ ਗੁਰੂ ਸਾਹਿਬ ਜੀ ਢਾਂਦੇ ਰਹੇ। ਇਤਿਹਾਸ ਵਿੱਚ ਦੱਸਿਆ ਹੈ ਕਿ 70 ਵਾਰ ਚੌਂਦਰੇ ਢਾਏ ਔਰ 70 ਵਾਰ ਹੀ ਗੁਰੂ ਸਾਹਿਬ ਨੇ ਬਣਾਏ। 2 ਮਹੀਨੇ 10 ਦਿਨ ਹੁੰਦੇ ਹੈ,
ਬੜਾ ਔਖਾ ਕੰਮ ਹੈ। ਇੱਕ ਦੋ ਵਾਰ ਵੀ ਤੁਸੀਂ ਕਿਸੇ ਦੇ ਕੰਮ ਨੂੰ ਅਨਫਿੱਟ ਕਰੋ, ਅੱਜ ਵੀ ਉਹ ਤੁਹਾਨੂੰ ਜਵਾਬ ਦੇ ਦੇਗਾ। ਜਿਨ੍ਹਾਂ ਨੇ 70 ਵਾਰ ਚੌਂਤਲੇ ਬਣਾਏ ਔਰ 70 ਵਾਰ ਹੀ ਗੁਰੂ ਸਾਹਿਬ ਨੇ ਢਾਏ, ਉਹਨਾਂ ਮੱਥੇ ਵੱਟ ਨਹੀਂ ਪਾਇਆ, ਕੋਈ ਦਿਲ ਵਿੱਚ ਫੁਰਨਾ ਨਹੀਂ ਲਿਆਂਦਾ, ਬੜੀ ਖੁਸ਼ੀ ਦੇ ਨਾਲ, ਬੜੇ ਪਿਆਰ ਦੇ ਨਾਲ ਬਣਾਉਂਦੇ ਨੇ। ਕੁਛ ਸੰਗਤ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਸਮਝਦਾਰ ਸਮਝਦੇ ਸਨ, ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਭਾਈ ਜਦੋਂ ਸਾਰੀ ਸੰਗਤ ਹਟ ਗਈ ਹੈ ਤੇ ਤੂੰ ਕਿਉਂ ਇਤਨੀ ਜਿੱਦ ਕਰਦਾ ਹੈ, ਤੂੰ ਵੀ ਹਟ ਜਾ, ਛੱਡ ਦੇ, ਕਿਹੜਾ ਕੰਮ ਹੈ, ਚੌਂਤਲੇ ਬਣਾਉਣੇ ਗੁਰੂ ਸਾਹਿਬ ਜੀ ਢਾ ਦਿੰਦੇ ਆ, ਅਸੀਂ ਬਣਾਉਂਦੇ ਹਾਂ, ਉਹ ਢਾ ਜਾਂਦੇ ਆ। ਅਤੇ ਨਾਲ ਇਹ ਵੀ ਉਹਨਾਂ ਨੂੰ ਦੱਸਿਆ ਕਿ ਆਮ ਦੁਨੀਆ ਦੀ ਮਿਸਾਲ ਹੈ ਕਿ ਜਦੋਂ ਬੰਦਾ 17 ਵਰਿਆਂ ਦਾ ਹੁੰਦਾ ਹੈ ਤੇ ਉਹ 70 ਬੱਤਰਾ, ਆਮ ਹੀ ਦੁਨੀਆ ਕਹਿੰਦੀ ਕਿ 70 ਬੱਤਰਾ ਹੋ ਗਿਆ, ਇਹਦੀ ਅਕਲ ਕਾਇਮ ਨਹੀਂ ਰਹੀ। ਅਤੇ ਗੁਰੂ ਸਾਹਿਬ ਦੀ 105 ਸਾਲ ਦੀ ਉਮਰ ਹੈ। ਗੁਰੂ ਸਾਹਿਬ ਨੇ ਕਿਹਾ ਭਾਈ ਜੋ ਕੁਛ ਤੁਸੀਂ ਕਹਿਣਾ ਉਹ ਮੈਨੂੰ ਕਹੋ, ਮੇਰੇ ਸਤਿਗੁਰ ਨੂੰ ਕੁਛ ਨਾ ਕਹੋ। ਉਹ ਅਕਲਵੰਦ ਨੇ, ਸਮਝਦਾਰ ਨੇ, ਸਿਆਣੇ ਨੇ, ਅਸੀਂ ਅੰਨੇ ਹਾਂ, ਸਾਨੂੰ ਕੋਈ ਪਤਾ ਨਹੀਂ, ਸਾਨੂੰ ਕੋਈ ਸਮਝ ਨਹੀਂ, ਉਹ ਸਭ ਕੁਝ ਜਾਣਦੇ ਹੈ। ਪਰ ਜੇ ਗੁਰੂ ਸਾਹਿਬ ਜੀ ਕਹਿਣ ਕਿ ਸਾਰੀ ਉਮਰ ਚੌਂਤਲੇ ਬਣਾਉਣੇ ਹੈ ਤੇ ਰਾਮਦਾਸ ਬਣਾਉਂਦਾ ਰਹੇਗਾ, ਕਿਉਂ ਕਿ ਮੈਂ ਆਪਣੇ ਆਪ ਨੂੰ ਵੇਚ ਦਿੱਤਾ ਹੈ, ਇਹ ਮੇਰਾ ਸਰੀਰ ਨਹੀਂ, ਇਹ ਸਰੀਰ ਮੇਰੇ ਸਤਿਗੁਰ ਦਾ ਹੈ, ਇਹ ਸਰੀਰ ਮੇਰੇ ਸਤਿਗੁਰ ਦਾ ਹੈ, ਇਹ ਮੇਰਾ ਸਰੀਰ ਨਹੀਂ, ਮੈਂ ਉਹਨਾਂ ਨੂੰ ਵਹਿ ਕਰ ਦਿੱਤਾ ਹੈ, ਜਿੱਥੇ ਮਰਜ਼ੀ ਇਹ ਲਗਾਉਣ। ਤੁਸੀਂ ਇਹ ਵਿਚਾਰ ਕਰੋ ਕਿ ਜਿਹੜੇ ਹਟ ਗਏ ਸੀ, ਹਜ਼ਾਰਾਂ ਦੀ ਤਦਾਦ ਹੋਣਗੇ, ਉਹਨਾਂ ਨੇ ਕੋਈ ਨਾ ਕੋਈ ਆਪਣੇ ਅੰਦਰ ਫੁਰਨਾ ਲਿਆ ਹੋਏਗਾ, ਗੁਰੂ ਸਾਹਿਬ ਦੇ ਵਿੱਚ ਕੋਈ ਨਾ ਕੋਈ ਗਲਤੀ ਕੱਢਦੇ ਹੋਣਗੇ, ਆਪਣੇ ਆਪ ਨੂੰ ਉਹ ਚੰਗਾ ਸਮਝਦੇ ਹੋਣਗੇ, ਦਿਲ 'ਚ ਕੋਈ ਨਾ ਕੋਈ ਭਾਵ ਲਿਆ ਹੀ ਹੋਏਗਾ ਨਾ, ਜਦੋਂ ਦਿਲ 'ਚ ਭਾਵ ਆਇਆ ਤੇ ਨਿੰਦਿਆ ਹੋ ਗਈ। ਨਿੰਦਿਆ ਦੇ ਕੋਈ ਗੱਡੇ ਨਹੀਂ ਲੱਦਣੇ ਆਉਂਦੇ, ਸਿਰਫ ਜਿਸ ਤਰ੍ਹਾਂ ਇੱਕ ਗੱਡੀ ਦਾ ਕਾਂਟਾ ਹੀ ਬਦਲਿਆ ਜਾਂਦਾ ਹੈ, ਦੂਸਰੀ ਲੈਨ 'ਤੇ ਗੱਡੀ ਚਲਾ ਜਾਂਦੀ ਹੈ, ਇਸੇ ਤਰ੍ਹਾਂ ਹੀ ਬੰਦੇ ਦਾ ਖਿਆਲ ਤਬਦੀਲ ਜਦ ਹੁੰਦਾ ਹੈ ਤਾਂ ਨਿੰਦਿਆ ਹੋ ਜਾਂਦੀ ਹੈ। ਦ੍ਰੋਪਦੀ ਨੇ ਸਿਰਫ ਇੱਕ ਇਹੀ ਅੰਦਰ ਆਪਣੇ ਫੁਰਨਾ ਲਿਆਂਦਾ ਸੀ ਕਿ ਕੋਈ ਹੋਰ ਹੁੰਦਾ ਤਾਂ ਮੇਰੇ ਖਾਣਿਆਂ ਦਾ ਕੋਈ ਕਦਰ ਕਰਦਾ, ਇਹਨਾਂ ਨੂੰ ਕਦੇ ਖਾਧੇ ਹੀ ਨਹੀਂ ਹੋਣੇ, ਇੰਨਾ ਹੀ ਫੁਰਨਾ ਆਇਆ ਸੀ ਅਤੇ ਅਸ਼ਵਮੇਧ ਜੱਗ ਜਿਹੜਾ ਸੀ ਉਹ ਸਪੂਰਨ ਨਹੀਂ ਹੋਇਆ। ਰਿਸ਼ੀ ਵਾਲਮੀਕ ਨੇ ਖਾਣਾ ਖਾਧਾ ਸੀ, ਸਪੂਰਨ ਉਹਨਾਂ ਹੀ ਕਰਨਾ ਸੀ, ਪਰ ਨਿੰਦਿਆ ਹੋ ਗਈ, ਮੈਲ ਚੜ੍ਹ ਗਈ ਇੱਕ ਫੁਰਨੇ ਦੇ ਨਾਲ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਜਿਹਨਾਂ 70 ਵਾਰ ਚੌਂਤਲੇ ਬਣਾਏ, 70 ਵਾਰ ਢਾਏ ਅਤੇ ਜਿਹੜੇ ਚਲਾ ਗਏ ਉਹ ਕੀ ਲੈ ਕੇ ਗਏ, ਕੋਈ ਨਾ ਕੋਈ ਭਾਵ ਉਹਨਾਂ ਦੇ ਵਿੱਚ ਆਇਆ ਹੀ ਹੋਊਗਾ।
ਜਦੋਂ ਭਾਵ ਆਇਆ ਤਾਂ ਨਿੰਦਿਆ ਹੋ ਗਈ। ਗੁਰੂ ਸਾਹਿਬ ਜੀ ਜਿਨ੍ਹਾਂ ਦੀ ਬਾਣੀ ਪੜ੍ਹ ਰਹੇ ਹਾਂ ਉਹਨਾਂ ਨੇ ਆਪਣੇ ਆਪ ਨੂੰ ਇਹ ਕਿਹਾ ਕਿ ਮੈਂ ਬੈ ਕੀਤਾ ਆਪਣਾ ਆਪ, ਇਹ ਮੇਰਾ ਸਰੀਰ ਨਹੀਂ, ਇਹ ਸਰੀਰ ਮੇਰੇ ਸਤਿਗੁਰ ਦਾ ਹੈ, ਜਿੱਥੇ ਮਰਜ਼ੀ ਇਹ ਲਗਾਏ, ਚੌਂਦਰੇ ਬਣਾਏ, ਆ ਖੁਦਾਏ, ਭਜਨ ਕਰਾਏ, ਜੋ ਮਰਜ਼ੀ ਇਹ ਕਰਾਏ, ਇਹ ਉਹਦੀ ਮੌਜ ਹੈ। ਉਹਨਾਂ ਦੀ ਬਾਣੀ ਹੈ ਜਿਨ੍ਹਾਂ ਨੇ ਬਾਣੀ ਵਿੱਚ ਫਰਮਾਇਆ ਹੈ ਕਿ ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣ ਦਾਸ, ਹਉ ਪੇਟੂ ਚੌਂ ਖੰਨੀ ਆ, ਜੇ ਮੇਰੇ ਅੰਦਰ ਉਸ ਨਾਮ ਦਾ ਪ੍ਰਕਾਸ਼ ਹੋ ਜਾਏ ਮੈਂ ਉਹਨਾਂ ਨੂੰ ਚਾਰ ਖੰਨੀਆਂ ਕਰਕੇ ਆਪਣੇ ਸਰੀਰ ਦੀਆਂ ਭੇਟਾ ਕਰ ਦਿਆਂਗਾ। ਪਰ ਚਾਰ ਖੰਨੀਆਂ ਕਰਕੇ ਉਹਨਾਂ ਨੇ ਦੇ ਦਿੱਤਾ, ਉਹਨਾਂ ਨੇ ਆਪਣੇ ਆਪ ਨੂੰ ਬਹਿ ਕਰ ਦਿੱਤਾ, ਆਪਣਾ ਸਰੀਰ ਆਪਣਾ ਨਹੀਂ ਰੱਖਿਆ, ਉਹਨਾਂ ਨੇ ਕੁਰਬਾਨੀ ਦੇ ਦਿੱਤੀ। ਜਦੋਂ ਇਹ ਗੁਰੂ ਸਾਹਿਬ ਨੇ ਕਿਹਾ ਕਿ ਸਾਰੀ ਉਮਰ ਵੀ ਚੌਂਦਰੇ ਬਣਾਉਂਦੇ ਰਹਿਣ ਅਤੇ ਰਾਮਦਾਸ ਬਣਾਉਂਦਾ ਰਹੇਗਾ, ਮੁਰਸ਼ਦ ਜਾਣਾ ਨਹੀਂ ਹੁੰਦਾ, ਉਹ ਕੁਦਰਤ ਉੱਪਰ ਦੇਖਦੀ ਹੈ ਸਭ ਕੁਛ, ਉਸੇ ਵਕਤ ਅੰਦਰੋਂ ਸ਼ਬਦ ਪ੍ਰਗਟ ਹੋ ਗਿਆ ਜਿਸ ਸ਼ਬਦ ਦੀ ਅਮੰਗ ਕਰ ਰਹੇ, ਉਹ ਸ਼ਬਦ ਅੰਦਰ ਪ੍ਰਗਟ ਹੋ ਗਿਆ, ਅੰਦਰੋਂ ਲੱਜਤ ਆਉਣਾ ਸ਼ੁਰੂ ਹੋ ਗਈ, ਰੂਹ ਖੰਡਾ ਬ੍ਰਹਿਮੰਡਾਂ ਤੇ ਪਹੁੰਚ ਗਈ। ਜਿਸ ਸ਼ਬਦ ਦੀ ਗੁਰੂ ਸਾਹਿਬ ਜੀ ਮੰਗ ਕਰ ਰਿਹਾ ਉਹ ਸ਼ਬਦ ਅੰਦਰ ਪ੍ਰਗਟ ਹੋ ਗਿਆ। ਪਹਿਲੀ ਤੁਕ ਵਿੱਚ ਹੀ ਜਿਹੜਾ ਗੁਰੂ ਸਾਹਿਬ ਜੀ ਫਰਮਾ ਰਿਹਾ ਕਿ ਨਾ ਮਿਲੇ ਮਨ ਤ੍ਰਿਪਤੀ ਹੈ ਬਿਨ ਨਾਮੇ ਤ੍ਰਿਗ ਜਵਾਸ, ਭਾਈ ਬਗੈਰ ਉਸ ਨਾਮ ਦੇ ਸਾਡਾ ਜੀਵਣਾ ਤ੍ਰਿਗ ਹੈ। ਦੇਖੋ ਕਿੱਡੀ ਵੱਡੀ ਉਹਨਾਂ ਨੇ ਇੱਕ ਕਿਸਮ ਦੀ ਐਲਾਨਤ ਪਾਈ ਹੈ, 10,000 ਫੜਕਾਰ ਕਿਸੇ ਨੂੰ ਕਹੀ ਜਾਵੇ ਅਤੇ ਇੱਕ ਤ੍ਰਿਗ ਬਣਦੀ ਹੈ। ਤ੍ਰਿਗ ਕੋਈ ਛੋਟੀ ਜਿਹੀ ਚੀਜ਼ ਨਹੀਂ। ਆਮ ਦੁਨੀਆ ਦੀ ਮਿਸਾਲ ਹੈ ਕਿ ਇੱਕ ਦੂਸਰੇ ਬੰਦੇ ਨੂੰ ਕੋਈ, ਕਈ ਬੰਦੇ ਵੀ ਕਹਿੰਦੇ ਆ ਤ੍ਰਿਗ ਤੇਰਾ ਜੀਵਣਾ ਹੈਗਾ, ਕੋਈ ਗਲਤੀ ਕਾਰਨ ਕਿ ਬੰਦੇ ਨੂੰ ਬੰਦਾ ਕਹਿੰਦਾ ਤ੍ਰਿਗ ਤੇਰਾ ਜੀਵਣਾ। ਇਸ ਵਾਸਤੇ ਗੁਰੂ ਸਾਹਿਬ ਜੀ ਜੋ ਕੁਛ ਵੀ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਿਹਾ, ਉਹਨਾਂ ਨੇ ਆਪਣੇ ਆਪ ਦੀ ਕੁਰਬਾਨੀ ਦੇ ਦਿੱਤੀ। ਹਾਂਜੀ, ਹਾਂ ਤਿਸ ਵਿਟੋਂ ਚੌਖਨੀ ਮੈਂ ਨਾਮ ਕਰੇ ਪਰਗਾਸ, ਮੇਰੇ ਪ੍ਰੀਤ ਮਾਹੋ ਜੀਵਾ ਨਾਮ ਤਿਆਏ, ਮੇਰੇ ਪ੍ਰੀਤ ਮਾਹੋ ਜੀਵਾ ਨਾਮ ਤਿਆਏ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਐ ਮੇਰੇ ਪ੍ਰੀਤਮ ਹਉ ਜੀਵਾ ਨਾਮ ਤਿਆਏ, ਮੇਰੀ ਜ਼ਿੰਦਗੀ ਤੇਰੇ ਨਾਮ ਦੇ ਨਾਲ ਹੈ। ਜਿਹੜੇ ਪ੍ਰੇਮੀ ਗੁਰਮੁਖ ਹੁੰਦੇ ਹੈ ਉਹਨਾਂ ਦਾ ਪਿਆਰ ਮੱਛੀ ਔਰ ਪਾਣੀ ਦਾ ਹੁੰਦਾ ਹੈ, ਉਹਨਾਂ ਦੀ ਜ਼ਿੰਦਗੀ ਉਸ ਨਾਮ ਦੇ ਨਾਲ, ਉਸ ਪਿਆਰ ਨਾਲ ਹੀ ਜ਼ਿੰਦਗੀ ਆਉਂਦੀ ਹੈ। ਗੁਰੂ ਸਾਹਿਬ ਜੀ ਬੜੇ ਪਿਆਰ ਨਾਲ ਫਰਮਾ ਰਹੇ ਹੈ, ਹੈ ਮੇਰੇ ਪ੍ਰੀਤਮ ਹਉ ਜੀਵਾਂ ਤੇਰਾ ਨਾਮ ਤਿਆਏ,
ਜਿਸ ਤਰ੍ਹਾਂ ਮੱਛੀ ਦਾ ਪਿਆਰ ਪਾਣੀ ਦੇ ਨਾਲ ਹੁੰਦਾ ਹੈ, ਉਹ ਪਾਣੀ ਦੇ ਵਿੱਚੋਂ ਨਿਕਲਣਾ ਨਹੀਂ ਚਾਹੁੰਦੀ, ਉਹਦੀ ਜ਼ਿੰਦਗੀ ਪਾਣੀ ਹੈ। ਅਗਰ ਕੋਈ ਦੁਸ਼ਮਣ ਉਸ ਦਾ ਪਾਣੀ 'ਚੋਂ ਬਾਹਰ ਕੱਢਦਾ ਹੈ ਤਾਂ ਉਹਨੂੰ ਮਾਰਨ ਦੀ ਕੋਈ ਜ਼ਰੂਰਤ ਨਹੀਂ, 10-15 ਮਿੰਟਾਂ 'ਚ ਖੁਦ ਮਰ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਮੇਰੇ ਪ੍ਰੀਤਮ ਹਉਂ ਜੀਵਾਂ ਤੇਰਾ ਨਾਮ ਧਿਆਏ। ਉਹਨਾਂ ਦਾ ਪਿਆਰ ਮੁਹੱਬਤ ਉਸ ਨਾਮ ਦੇ ਨਾਲ ਹੁੰਦਾ, ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਖੁਸ਼ੀ ਹੁੰਦੀ ਹੈ ਉਸ ਨਾਮ ਦੇ ਵਿੱਚ। ਜਦੋਂ ਉਹ ਨਾਮ ਵਿਸਰ ਜਾਂਦਾ ਹੈ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਤਬਾਹ ਹੋ ਜਾਂਦੀ ਹੈ, ਉਹ ਕੁਛ ਨਹੀਂ ਸਮਝਦੇ। ਕਈ ਵਾਰ ਇਹ ਦੱਸਿਆ, ਇੱਕ ਵਾਰ ਪਾਂਡਵਾਂ ਨੇ ਕਿਹਾ ਸ਼੍ਰੀ ਕ੍ਰਿਸ਼ਨ ਮਹਾਰਾਜ ਨੂੰ ਕਿ ਅਸੀਂ ਤੁਹਾਡੇ ਅੰਗ ਸੰਗ ਰਹਿੰਦੇ ਹਾਂ, ਸਾਡੇ ਨਾਲੋਂ ਕੋਈ ਹੋਰ ਵੀ ਪ੍ਰੇਮੀ ਕੋਈ ਚੰਗਾ ਹੈ ਤੁਹਾਡਾ? ਉਹਨਾਂ ਨੇ ਕਿਹਾ ਭਈ ਅਰਜਨਾ, ਬੜੇ ਬੜੇ ਪ੍ਰੇਮੀ ਹੁੰਦੇ ਹੈ, ਪ੍ਰੇਮੀਆਂ ਦਾ ਕੋਈ ਹਿਸਾਬ ਨਹੀਂ ਹੁੰਦਾ। ਕਹਿੰਦੇ ਜੀ ਫਿਰ ਤੁਸੀਂ ਦੱਸੋ ਸਾਨੂੰ ਕਿੱਥੇ ਨੇ ਤੁਹਾਡੇ ਪ੍ਰੇਮੀ? ਬਾਹਰ ਚਲਾ ਗਏ। ਇੱਕ ਗਰੀੜਾ ਬਿਸਟੇ ਦੀ ਰੋੜੀ ਰਿੜਦਾ ਰਿਹਾ ਸੀ। ਅਰਜਨਾ ਇਹ ਨਾਮ ਦਾ ਬੜਾ ਪ੍ਰੇਮੀ ਪਰ ਇਹਦੇ ਪਾਸੋਂ ਵਿਸਰ ਗਿਆ, ਨਾਮ ਵਿਸਰ ਗਿਆ ਔਰ ਇਸ ਨੂੰ ਜਨਮ ਲੈਣਾ ਪਿਆ, ਇਸ ਗਰੀੜੀ ਦੇ ਜਨਮ ਵਿੱਚ ਆ ਗਿਆ। ਜਾਂ ਇਸ ਨੂੰ ਕਹੋ ਭਾਈ ਗਰੀੜਿਆ ਰਾਮ ਰਾਮ। ਜਦੋਂ ਜਾ ਕੇ ਕਿਹਾ ਭਾਈ ਗਰੀੜਿਆ ਰਾਮ ਰਾਮ ਤਾਂ ਉਹ ਮਰ ਗਿਆ, ਉੱਥੇ ਹੀ ਰੋੜੀ ਰਹੀ, ਉਹ ਮਰ ਹੀ ਗਿਆ, ਸਵਾਸ ਹੀ ਤਿਆਗ ਦਿੱਤਾ। ਮਹਾਰਾਜ ਉਹ ਤਾਂ ਮਰ ਗਿਆ। ਕਹਿੰਦੇ ਬਸ ਇਤਨਾ ਰਾਮ ਦਾ ਪਿਆਰਾ ਸੀ ਕਿ ਵਿਸਰ ਗਿਆ ਸੀ ਉਹਦੇ ਪਾਸ, ਵਿਸਰ ਕੇ ਉਹਨੂੰ ਇਹ ਜਨਮ ਲੈਣਾ ਪਿਆ। ਉਹਨੂੰ ਯਾਦ ਨਹੀਂ ਸੀ ਆਉਂਦਾ, ਤੂੰ ਉਹਨੂੰ ਯਾਦ ਕਰਾਇਆ, ਉਸ ਨੇ ਜ਼ਿੰਦਗੀ ਦੇ ਦਿੱਤੀ, ਕੁਰਬਾਨੀ ਦੇ ਦਿੱਤੀ, ਮਰ ਹੀ ਗਿਆ। ਇਤਨਾ ਰਾਮ ਦਾ ਪਿਆਰਾ ਸੀ। ਹੋਰ ਕੋਈ ਦੇਖਣਾ ਹੈ? ਮਹਾਰਾਜ ਹੋਰ ਦੱਸੋ। ਦਰਿਆ ਦੇ ਕਿਨਾਰੇ ਚਲਾ ਗਏ, ਉੱਥੇ ਇੱਕ ਬਗਲਾ ਪਾਣੀ ਦੇ ਵਿੱਚ ਇੱਕ ਲੱਤ ਦੇ ਭਾਰ ਖੜਾ ਸੀ। ਅਰਜਨਾ ਇਹ ਵੀ ਸਾਡਾ ਬੜਾ, ਇਹ ਨਾਮ ਦਾ ਬਹੁਤ ਉਸ ਰਾਮ ਦਾ ਪਿਆਰਾ ਹੈ। ਮਹਾਰਾਜ ਇਹ ਤਾਂ ਮੱਛੀਆਂ ਖਾਣ ਵਾਲਾ, ਇਹ ਕਿੱਥੇ ਪ੍ਰੇਮੀ ਹੈਗਾ? ਆਮ ਅੱਜ ਵੀ ਮਿਸਾਲ ਹੈ ਕਿ ਬਗਲਾ ਭਗਤ, ਭਗਤ ਹੈ ਸੀ, ਮੱਛੀਆਂ ਖਾਣ ਵਾਲਾ ਨਹੀਂ ਸੀ ਹੈਗਾ, ਭਗਤ ਹੈ ਸੀ ਤਾਂ ਹੀ ਉਹਦਾ ਨਾਂ ਚੜਿਆ ਭਗਤ, ਬਗਲਾ ਭਗਤ। ਜਾਂ ਇਸ ਨੂੰ ਕਹੋ ਭਾਈ ਬਗਲਿਆ ਰਾਮ ਰਾਮ। ਜਦੋਂ ਜਾ ਕੇ ਕਿਹਾ ਅਰਜਨ ਨੇ ਭਾਈ ਬਗਲਿਆ ਰਾਮ ਰਾਮ, ਤਾਂ ਉਸਨੇ 2 ਵਾਰ ਪਾਣੀ ਦੀਆਂ ਚੁੰਝਾਂ ਭਰ ਲਈਆਂ। ਆ ਕੇ ਕਿਹਾ ਮਹਾਰਾਜ ਉਸਨੇ 2 ਚੁੰਝਾਂ ਪਾਣੀ ਦੀਆਂ ਭਰ ਲਈਆਂ। ਕਹਿੰਦੇ ਨਾਮ ਛੱਡ ਕੇ ਪਾਣੀ ਨਹੀਂ ਪੀਂਦਾ, ਪਾਣੀ ਦੇ ਵਿੱਚ ਰਹਿੰਦਾ ਜੇ, ਲੇਕਿਨ ਉਹ ਰਾਮ ਦਾ ਨਾਮ ਛੱਡ ਕੇ ਪਾਣੀ ਨਹੀਂ ਪੀਂਦਾ। ਤੂੰ 2 ਵਾਰੀ ਨਾਂ ਲਿਆ ਅਤੇ ਉਸਨੇ ਪਾਣੀ ਪੀ ਲਿਆ।
ਇਤਨਾ ਰਾਮ ਦਾ ਪਿਆਰਾ ਜੇ ਹੋਰ ਕੋਈ ਦੇਖਣਾ ਜੇ? ਮਹਾਰਾਜ ਹੋਰ ਦੱਸੋ, ਜੰਗਲ ਵੀ ਚਲਾ ਗਏ। ਇੱਕ ਮਹਾਤਮਾ ਸੀ, ਕੱਖਾਂ ਦੀ ਉਹਦੀ ਚੌਂਪੜੀ ਸੀ, ਉਹਦੇ ਨਾਲ ਇੱਕ ਤੀਰ ਕਮਾਨ ਟੰਗਿਆ ਸੀ ਜਹਾਜ਼ ਨਾਲ। ਇਹ ਵੀ ਰਾਮ ਦਾ ਬੜਾ ਪਿਆਰਾ ਜੇ। ਮਹਾਰਾਜ ਜੀ ਕਹਿੰਦਾ ਰਾਮ ਦਾ ਪਿਆਰਾ, ਇਹਦੇ ਤੀਰ ਕਮਾਨ ਇਸਨੇ ਟੰਗਿਆ, ਕੋਈ ਸ਼ਿਕਾਰੀ ਹੈ? ਕਹਿੰਦੇ ਜਾ ਪੁੱਛ ਕਾਹਦੇ ਵਾਸਤੇ ਟੰਗਿਆ। ਜਾ ਕੇ ਪੁੱਛਿਆ, ਮਹਾਤਮਾ ਜੀ ਤੁਸੀਂ ਰੱਬ ਦੇ ਪਿਆਰੇ ਹੋ, ਮਹਾਤਮਾ ਹੋ, ਤਾਂ ਤੁਸੀਂ ਇਹ ਤੀਰ ਕਮਾਨ ਕਾਹਦੇ ਵਾਸਤੇ ਟੰਗਿਆ? ਕਹਿੰਦਾ ਇਹ ਦਰੋਪਦੀ ਵਾਸਤੇ। ਦਰੋਪਦੀ ਨੇ ਕੀ ਕਸੂਰ ਕੀਤਾ ਹੈ? ਕਹਿੰਦੇ ਜਦੋਂ ਸਭਾ ਵਿੱਚ ਨਗਨ ਕਰਨ ਲੱਗੇ ਉਸਨੂੰ, ਤੇ ਕਦੀ ਕਹਿੰਦੀ ਸੀ ਕਿ ਮੇਰਾ ਭਗਵਾਨ ਹੋਏਗਾ ਤੇ ਮਥੁਰਾ ਤੂੰ ਬੌੜੇਗਾ, ਕਦੀ ਉਸਨੇ ਕਹਿਣਾ ਮੇਰਾ ਭਗਵਾਨ ਹੋਏ ਤੇ ਕਾਂਸ਼ੀ ਤੂੰ ਬੌੜੇਗਾ, ਕਦੀ ਕਹਿਣਾ ਮੇਰਾ ਭਗਵਾਨ ਹੋਏ ਤੇ ਅਯੁੱਧਿਆ ਤੂੰ ਬੌੜੇਗਾ। ਉਹਨੂੰ ਪਤਾ ਸੀ ਕਿ ਮੇਰੀ ਰੱਖਿਆ ਹੋ ਰਹੀ ਹੈ, ਲੇਕਿਨ ਇੱਕ ਜਗ੍ਹਾ ਦਾ ਨਾਂ ਨਹੀਂ ਸੀ ਲੈਂਦੀ। ਉਸ ਦੌਰਾਨ ਦੇ ਵਿੱਚ ਭਗਵਾਨ ਨੂੰ ਜਿਹੜੀ ਉਹਨੇ ਕਸ਼ਟ ਦਿੱਤਾ ਕਿ ਜਿੱਥੇ ਉਹ ਨਾਂ ਲੈਂਦੀ ਸੀ ਉੱਥੇ ਜਾ ਕੇ ਉੱਥੇ ਜਾਣਾ, ਉੱਥੋਂ ਹੋ ਕੇ ਫਿਰ ਆਉਣਾ, ਫਿਰ ਉਹਦੀ ਰੱਖਿਆ ਕਰਨੀ। ਮੈਨੂੰ ਜਿੱਥੇ ਵੀ ਕਿਤੇ ਲੱਭੀ ਮੈਂ ਇਸ ਤੀਰ ਦੇ ਨਾਲ ਮਾਰਨਾ ਉਸਨੂੰ। ਉਸਨੇ ਭਗਵਾਨ ਨੂੰ ਬਹੁਤ ਕਸ਼ਟ ਦਿੱਤਾ ਹੈ, ਮੈਂ ਉਹਨੂੰ ਛੱਡਣਾ ਨਹੀਂ। ਅਰਜਨ ਆ ਕੇ ਤੇ ਚਰਨਾਂ 'ਤੇ ਡਿੱਗ ਪਿਆ ਕਿ ਮਹਾਰਾਜ ਅਸੀਂ ਤਾਂ ਕੁਝ ਵੀ ਨਹੀਂ, ਅਸੀਂ ਤਾਂ ਕੁਝ ਵੀ ਨਹੀਂ ਹੈਗੇ, ਇਹਦੇ ਬੜੇ ਬੜੇ ਤੁਹਾਡੇ ਭਗਤ ਹੈ, ਬੜੇ ਬੜੇ ਤੁਹਾਡੇ ਪਿਆਰੇ ਹੈਗੇ, ਅਸੀਂ ਤਾਂ ਕੁਛ ਵੀ ਨਹੀਂ ਹੈਗੇ। ਸੋ ਇਸ ਵਾਸਤੇ ਕਿ ਜਿਹੜੇ ਉਸ ਮਾਲਕ ਦੇ ਪਿਆਰੇ ਹੈ ਉਹ ਠੀਕ ਪਿਆਰੇ ਹੈ। ਪਾਣੀ ਵਿੱਚ ਹੁੰਦੇ ਹੋਏ ਪਾਣੀ ਨਹੀਂ ਸੀ ਪੀਂਦਾ, ਉਹ ਨਾ ਛੱਡ ਕੇ ਉਸਨੇ ਦਰੋਪਦੀ ਦਾ, ਜਦੋਂ ਦੇਖਿਆ ਕਿ ਦਰੋਪਦੀ ਨੇ ਭਗਵਾਨ ਨੂੰ ਇਹ ਕਸ਼ਟ ਦਿੱਤਾ ਹੈ, ਕਦੀ ਕਿਹਾ ਅਯੁੱਧਿਆ ਤੂੰ ਹੋ ਕੇ ਅਯੁੱਧਿਆ ਤੂੰ ਬੌੜੇ, ਕਦੀ ਕਿਹਾ ਕਾਸ਼ੀ ਤੂੰ ਬੌੜੇ, ਕਦੀ ਕਿਹਾ ਮਥੁਰਾ ਤੂੰ ਬੌੜੇ, ਭਗਵਾਨ ਨੂੰ ਉਸ ਜਗ੍ਹਾ 'ਤੇ ਜਾ ਕੇ ਫਿਰ ਆਉਣਾ, ਫਿਰ ਉਹਦੀ ਰੱਖਿਆ ਕਰਨੀ। ਇਤਨਾ ਕਸ਼ਟ ਦਿੱਤਾ ਕਿ ਉਸਨੂੰ ਇਤਬਾਰ ਨਹੀਂ ਸੀ, ਇੱਕੋ ਜਗ੍ਹਾ ਤੂੰ ਕਹਿੰਦੀ, ਤਦ ਵੀ ਤੇ ਭਗਵਾਨ ਉਹਦੀ ਰੱਖਿਆ ਕਰ ਰਿਹਾ ਸੀ। ਇਸ ਵਾਸਤੇ ਜਦ ਵੀ ਕਿਤੇ ਵੀ ਮੈਨੂੰ ਮਿਲੀ ਮੈਂ ਇਸ ਤੀਰ ਦੇ ਨਾਲ ਉਸ ਨੂੰ ਮਾਰਨਾ। ਸੋ ਜੋ ਕੁਛ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ ਹੈ। ਐ ਮੇਰੇ ਪ੍ਰੀਤਮ ਹਉਂ ਜੀਵਾਂ ਤੇਰਾ ਨਾਮ ਧਿਆਏ। ਜਿਹੜੇ ਮਾਲਕ ਦੇ ਪਿਆਰੇ ਨੇ ਉਹਨਾਂ ਦੇ ਵਿੱਚ ਪਿਆਰ ਹੁੰਦਾ ਹੈ, ਉਸ ਪਿਆਰ ਨੂੰ ਨਹੀਂ ਭੁਲਾਉਂਦੇ, ਉਸ ਪਿਆਰ ਨੂੰ ਨਹੀਂ ਛੱਡਦੇ, ਉਸ ਪਿਆਰ ਦੇ ਨਾਲ ਹੀ ਉਹਨਾਂ ਦੀ ਜ਼ਿੰਦਗੀ ਹੁੰਦੀ, ਉਸ ਪਿਆਰ ਦੇ ਉਹਨਾਂ ਨੂੰ ਬੜੇ, ਉਹਨਾਂ ਨੂੰ ਉਸ ਦਾ ਰਸ ਮਿਲਦਾ ਹੈ। ਜਿਸ ਤਰ੍ਹਾਂ ਕਿਸੇ ਨੂੰ ਕੋਈ ਗਾਈ ਮਾਈ ਨੂੰ ਕੋਈ ਬਰਸਾਤ ਚੁੰਘਦਾ ਉਸਨੂੰ ਦੁੱਧ ਮਿਲਦਾ, ਇਸ ਤਰ੍ਹਾਂ ਉਸ ਸਿੱਖ ਨੂੰ ਉਸ ਪਿਆਰ ਦਾ ਰਸ ਮਿਲਦਾ ਔਰ ਉਸ ਪਿਆਰ ਦਾ ਰਸ ਲੈ ਲੈ ਕੇ ਉਹ ਜਿਉਂਦਾ ਹੈ
ਔਰ ਉਹ ਖੁਸ਼ੀਆਂ ਮਾਣਦਾ ਹੈ। ਉਹ ਆਪਣੀ ਜ਼ਿੰਦਗੀ ਨੂੰ ਇਹ ਜ਼ਿੰਦਗੀ ਸਮਝਦਾ ਹੈ। ਜਦੋਂ ਉਹਦੇ ਵਿੱਚ ਉਹ ਭੁੱਲ ਜਾਂਦਾ ਹੈ, ਉਹਦੀ ਮੌਤ ਹੋ ਜਾਂਦੀ ਹੈ। ਉਹ ਪ੍ਰੇਮੀ ਨਹੀਂ ਫਿਰ ਰਹਿੰਦਾ, ਉਹਦੀ ਜ਼ਿੰਦਗੀ ਤਬਾਹ ਹੋ ਜਾਂਦੀ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਫਰਮਾ ਰਿਹਾ ਕਿ ਐ ਮੇਰੇ ਪ੍ਰੀਤਮ ਹਉਂ ਜੀ ਮਾਂ ਤੇਰਾ ਨਾਮ ਤੇ ਆਏ, ਕਿ ਮੇਰੀ ਜ਼ਿੰਦਗੀ ਜਿਹੜੀ ਹੈ ਤੇਰੇ ਨਾਮ ਦੇ ਨਾਲ ਹੈ, ਤੇਰੇ ਨਾਮ ਦੇ ਬਿਨਾਂ ਮੇਰੀ ਜ਼ਿੰਦਗੀ ਕੁਛ ਨਹੀਂ। ਹਾਂਜੀ, ਮੇਰੇ ਪ੍ਰੀਤਮਾ ਜੀਵਾ ਨਾਮ ਤੇ ਆਏ, ਬਿਨ ਨਾਮੇ ਜੀਵਨ ਨਾਥੀ ਸਤ ਗੁਰ ਨਾਮ ਦ੍ਰਿੜਾਏ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਬਗੈਰ ਨਾਮ ਦੇ ਜੀਣਾ ਕੁਛ ਵੀ ਨਹੀਂ। ਐ ਮੇਰੇ ਮਾਲਕ, ਬਗੈਰ ਨਾਮ ਦੇ ਮੇਰਾ ਜੀਣਾ ਕੁਛ ਨਹੀਂ। ਐ ਮੇਰੇ ਪ੍ਰੀਤਮ, ਮੈਨੂੰ ਨਾਮ ਦ੍ਰਿੜਾ, ਉਹ ਨਾਮ ਮੈਨੂੰ ਬਖਸ਼ ਜਿਹਦੇ ਨਾਲ ਮੇਰੇ ਅੰਦਰ ਤ੍ਰਿਪਤਾ ਔਰ ਸ਼ਾਂਤੀ ਪਿਆਰ ਮੁਹੱਬਤ ਆ ਜਾਏ। ਗੁਰੂ ਸਾਹਿਬ ਜੀ ਉਸ ਨਾਮ ਦੀ ਮੰਗ ਕਰ ਰਹੇ। ਮਹਾਰਾਜ ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਹੈ, ਜਿਨ੍ਹਾਂ ਨੇ ਆਪਣੇ ਸਤਿਗੁਰ ਦੇ ਨਾਲ ਬਹੁਤ ਅਤੁੱਟ ਪਿਆਰ ਕੀਤਾ ਹੈ, ਔਰ ਉਹਨਾਂ ਦੇ ਕਹਿਣੇ ਮੁਤਾਬਕ ਉਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ। ਜੋ ਕੰਮ ਦੱਸਿਆ ਸੋ ਕਰਦੇ ਰਹੇ। ਹਾਂਜੀ, ਬਿਨ ਨਾਮੇ ਜੀਵਨ ਨਾਥੀ ਮੇਰੇ ਸਤਿਗੁਰ ਨਾਮ ਦ੍ਰਿੜਾਏ, ਨਾਮ ਅਮੋਲਕ ਰਤਨ ਸਤ ਗੁਰ ਪਾਸ। ਹੁਣ ਸਵਾਲ ਪੈਦਾ ਹੋਇਆ, ਸਿੱਖ ਪੁੱਛਦਾ ਹੈ ਕਿ ਹੈ ਸਤਿਗੁਰ ਉਹ ਨਾਮ ਜਿਹੜਾ ਜਿਸ ਦੀ ਅਸੀਂ ਫਰਿਆਦ ਕਰ ਰਹੇ ਹਾਂ, ਉਹ ਨਾਮ ਹੈ ਕਿੱਥੇ? ਅਸੀਂ ਕਿੱਥੋਂ ਉਹ ਨਾਮ ਲੈਣਾ ਹੈ? ਕਿਸੇ ਜੰਗਲਾਂ ਪਹਾੜਾਂ 'ਚ, ਦਰਿਆਵਾਂ ਮੂਰਤਾਂ 'ਚ ਕਿੱਥੋਂ ਉਹ ਨਾਮ ਸਾਨੂੰ ਮਿਲੇਗਾ? ਗੁਰੂ ਸਾਹਿਬ ਜੀ ਆਪਣੇ ਨਿਸ਼ਾਨੇ ਆਪ ਦੱਸ ਰਹੇ ਹੈ ਕਿ ਨਾਮ ਜਿਹੜਾ ਉਹ ਅਮੋਲਕ ਹੈ, ਉਹ ਰਤਨ ਹੈ, ਪਰ ਕਿੱਥੇ ਹੈ? ਉਹ ਪੂਰੇ ਸਤਿਗੁਰ ਪਾਸ। ਪਹਿਲਾਂ ਸੱਤ ਦਾ ਮਕਸਦ ਹੈ ਕਿ ਸੱਤ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਸੱਤ ਨਾਮ, ਜਿਹਦੇ ਅੰਦਰ ਸੱਤ ਹੈ ਉੱਥੇ ਨਾਮ ਹੈ। ਜਿਸ ਤਰ੍ਹਾਂ ਅਸੀਂ ਕਿਸੇ ਪੌਦੇ ਨੂੰ ਪਾਣੀ ਦਿੰਦੇ ਹਾਂ, ਉਹ ਹਰਾ ਭਰਾ ਹੁੰਦਾ ਹੈ, ਅਗਰ ਜਿਸ ਨੂੰ ਨਾ ਦਈਏ ਪਾਣੀ, ਉਹ ਪੌਦਾ ਸੁੱਕ ਜਾਂਦਾ। ਇਸੇ ਤਰ੍ਹਾਂ ਉਹ ਸੱਤ ਜਿਹੜਾ ਹੈ, ਉਹ ਸੱਤ ਦੇ ਨਾਲ ਹੀ ਨਾਮ ਹੈ, ਉਸੇ ਨੂੰ ਪੂਰਾ ਕਿਹਾ ਗਿਆ। ਇਹਦੇ ਸੱਤ ਨਹੀਂ, ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ, ਸੱਤ ਗਿਆ ਤੋ ਕਿਆ ਰਿਹਾ, ਸੀਲ ਗਿਆ ਸਭ ਝਾੜ, ਭਗਤੀ ਖੇਤ ਕੈਸੇ ਬਚੇ ਜਬ ਟੁੱਟ ਗਈ ਹੈ ਬਾੜ। ਜੇ ਉਹ ਸੱਤ ਨਹੀਂ ਰਿਹਾ ਤਾਂ ਨਾਮ ਵੀ ਨਹੀਂ ਰਿਹਾ।
ਕਈ ਵਾਰ ਦੱਸਿਆ ਕਿ 88,000 ਵਰਸ ਤਪੱਸਿਆ ਰਿਸ਼ੀ ਨੇ ਕੀਤੀ। ਇੱਕ ਕਾਮ ਦ੍ਰਿਸ਼ਟੀ ਉਹਨਾਂ ਦੇ ਵਿੱਚ ਆਈ ਅਤੇ 88,000 ਵਰਸ ਤਪੱਸਿਆ ਜਿਹੜੀ ਸੀ ਉਹ ਬਰਬਾਦ ਹੋ ਗਈ, ਇੱਕ ਮਿੰਟਾਂ 'ਚ ਬਰਬਾਦ ਹੋ ਗਈ। 88,000 ਵਰਸ ਤਪਾ ਹੋ ਗਿਆ। ਇਸ ਵਾਸਤੇ ਗੁਰੂ ਸਾਹਿਬ ਜੀ ਸੱਤ ਦੱਸ ਰਹੇ ਹੈ ਕਿ ਉਹ ਨਾਮ ਜਿਹੜਾ ਹੈ ਭਾਈ ਉਹ ਸਿਰਫ ਲਫਜ਼ ਨਹੀਂ ਹੈ ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ। ਕਿੱਥੇ ਹੈ ਉਹ ਨਾਮ? ਉਹ ਰਤਨ ਹੈ, ਬੜੀ ਬੇਕੀਮਤ, ਉਹਦੀ ਕੋਈ ਕੀਮਤ ਨਹੀਂ, ਉਹ ਮੁੱਲ ਨਹੀਂ ਵਿਕਦਾ। ਹੈ ਕਿੱਥੇ? ਪੂਰੇ ਸਤਿਗੁਰ ਪਾਸ। ਜਿੱਥੇ ਸਤ ਹੋਏਗਾ ਉੱਥੇ ਨਾਮ ਹੋਏਗਾ, ਚਾਹੇ ਕੋਈ ਹਿੰਦੂ ਹੈ, ਚਾਹੇ ਮੁਸਲਮਾਨ, ਚਾਹੇ ਗਰੀਬ ਅਤੇ ਚਾਹੇ ਅਮੀਰ, ਚਾਹੇ ਇਸਤਰੀ ਅਤੇ ਚਾਹੇ ਪੁਰਸ਼ ਹੈ। ਸੰਤਾਂ ਦੀ ਬਾਣੀ ਮੁਸ਼ਤਰਕ ਆ, ਸਾਂਝੀ ਹੈ, ਉਹ ਕਿਸੇ ਦਾ ਨਾਂ ਨਹੀਂ ਲੈਂਦੇ। ਜਿੱਥੇ ਚੀਜ਼ ਹੋਏਗੀ ਉੱਥੇ ਨਾਮ ਹੋਏਗਾ, ਚਾਹੇ ਕਿਤੇ ਵੀ ਹੋਏਗਾ। ਹਾਂਜੀ, ਨਾਮ ਅਮੋਲ ਰਤਨ ਹੈ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੇ ਲਗਿਆ ਕੱਢ ਰਤਨ ਦੇਵੇ ਪਰਗਾਸ। ਹੁਣ ਸਵਾਲ ਪੈਦਾ ਹੋਇਆ ਕਿ ਉਹ ਮਿਲਦਾ ਕਿਸ ਤਰ੍ਹਾਂ? ਜੇ ਪੂਰੇ ਸਤਿਗੁਰ ਦੇ ਪਾਸ ਹੈ ਤੇ ਉਹ ਸਾਨੂੰ ਨਾਮ ਮਿਲੇਗਾ ਕਿਸ ਤਰ੍ਹਾਂ? ਕਿਆ ਅਕਲ ਨਾਲ ਮਿਲੇਗਾ ਜਾਂ ਕਿਸੇ ਰੋਹਬ ਨਾਲ ਮਿਲ ਸਕਦਾ ਹੈ ਜਾਂ ਹੋਰ ਕਿਸੇ ਕੀਮਤ ਨਾਲ ਮਿਲ ਸਕਦਾ ਹੈ? ਗੁਰੂ ਸਾਹਿਬ ਜੀ ਫਰਮਾਉਂਦੇ ਨਹੀਂ, ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵਾ ਲੱਗਿਆ ਕੱਢ ਰਤਨ ਦੇ ਪ੍ਰਕਾਸ਼। ਉਹ ਕਿਸ ਤਰ੍ਹਾਂ ਮਿਲੇਗਾ? ਅਸੀਂ ਆਪਣੇ ਆਪ ਦੀ ਹਸਤੀ ਨੂੰ ਮੇਟ ਦੇਈਏ, ਜੋ ਵੀ ਉਹ ਕੰਮ ਦੱਸਣ ਉਹ ਅਸੀਂ ਕਰੀਏ, ਉਹਨਾਂ ਦੀ ਸੇਵਾ ਕੀ ਹੈ? ਉਹ ਆਪਣੀ ਜਾਤੀ ਸੇਵਾ ਨਹੀਂ ਕਰਾਉਂਦੇ, ਉਹਨਾਂ ਦੀ ਕੋਈ ਜਾਤੀ ਸੇਵਾ ਨਹੀਂ, ਉਹ ਸਾਡੀ ਸੇਵਾ ਸਾਡੇ ਪਾਸੋਂ ਕਰਾਉਂਦੇ ਹੈ ਬੜੇ ਤਰੀਕੇ ਦੇ ਨਾਲ, ਸਾਡੀ ਸੇਵਾ ਸਾਡਾ ਕੰਮ ਸਾਡੇ ਪਾਸੋਂ ਕਰਾਉਂਦੇ। ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਉਹਨਾਂ ਦੀ ਸੇਵਾ ਉਹਨਾਂ ਦਾ ਹੁਕਮ, ਜੋ ਦੱਸਣ ਕੰਮ ਸੋ ਸਿੱਖ ਕਰੇ, ਜਦ ਉਹ ਖੁਸ਼ ਹੋਣਗੇ ਉਹਦੇ ਅੱਗੇ ਕੱਢ ਕੇ ਰੱਖ ਦੇਣਗੇ, ਉਹਦਾ ਘਰ ਪੂਰਾ ਕਰ ਦੇਣਗੇ। ਇਸ ਤਰੀਕੇ ਨਾਲ ਉਹ ਮਿਲ ਸਕਦਾ ਹੈ, ਹੋਰ ਕੋਈ ਤਰੀਕਾ ਨਹੀਂ, ਔਰ ਕਿਸੇ ਵੀ ਤਰੀਕੇ ਨਾਲ ਨਹੀਂ ਮਿਲ ਸਕਦਾ। ਹਾਂਜੀ, ਸਤਿਗੁਰ ਸੇਵੇ ਲਗੇ ਕੱਢ ਰਤਨ ਦੇਵੇ ਪਰਗਾਸ, ਤਨ ਵੱਡ ਪਾਗੀ ਵੱਡ ਪਾਗੀਆ ਜੋ ਆਏ ਮਿਲੇ ਗੁਰ ਪਾਸ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ
ਤਨ ਬੜਭਾਗੀ ਬੜਭਾਗੀ ਆ ਜੋ ਆਏ ਮਿਲੇ ਗੁਰਪਾਸ। ਜੋ ਲਫ਼ ਜਿਹੜਾ ਇਹ ਵੀ ਇੱਕ ਮੁਸ਼ਤਰਕ ਲਫ਼ਜ਼ ਹੈ। ਜੋ ਦੇ ਵਿੱਚ ਪਤਾ ਨਹੀਂ ਕੌਣ ਹੈ ਅਤੇ ਕੌਣ ਨਹੀਂ। ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਉਹਨਾਂ ਦੇ ਭਾਗ ਬੜੇ ਉੱਚੇ ਹੋ ਗਏ ਕਿ ਜਿਹੜੇ ਸਤਿਗੁਰ ਦੇ ਨਾਲ ਮਿਲ ਗਏ, ਜਿਹਨਾਂ ਨੇ ਉਹਨਾਂ ਦਾ ਹੁਕਮ ਮੰਨ ਲਿਆ, ਉਹਨਾਂ ਦੇ ਕਹਿਣੇ ਮੁਤਾਬਕ ਕੰਮ ਕੀਤਾ। ਉਹਨਾਂ ਕਿਸੇ ਸ਼ਾਹੂਕਾਰ ਦੇ ਭਾਗ ਨਹੀਂ ਗਿਣੇ, ਕਿਸੇ ਰਾਜੇ ਮਹਾਰਾਜੇ ਦੇ ਭਾਗ ਨਹੀਂ ਦੱਸੇ। ਉਹਨਾਂ ਉਸ ਦੇ ਭਾਗ ਦੱਸੇ ਹੈ ਕਿ ਜਿਹਨਾਂ ਸਤਿਗੁਰ ਦਾ ਹੁਕਮ ਮੰਨਿਆ, ਉਹਨਾਂ ਦੇ ਕਹਿਣੇ ਮੁਤਾਬਕ ਤੁਰੇ ਔਰ ਉਹ ਕੰਮ ਕੀਤਾ, ਉਸ ਦੇ ਭਾਗ ਬਹੁਤ ਵੱਡੇ ਬਣ ਗਏ। 84 ਦਾ ਚੱਕਰ ਖਤਮ ਹੋ ਗਿਆ, ਉਹ ਆਪਣੇ ਦੇਸ਼ ਚਲਾ ਗਏ, ਆਪਣੇ ਮਾਲਕ ਨਾਲ ਮਿਲ ਗਏ। ਉਹਨਾਂ ਦੀ ਬਹੁਤ ਉੱਚੀ ਪਦਵੀ ਹੋ ਗਈ, ਬੜੇ ਉੱਚੇ ਭਾਗ ਉਹਨਾਂ ਦੇ ਬਣ ਗਏ, ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾਰੇ, ਠੀਕ ਫਰਮਾਰੇ। ਹਾਂਜੀ, ਤਨ ਬੜ ਪਾਗੀ ਬੜ ਪਾਗੀ ਆ ਜੋ ਆਏ ਮਿਲੇ ਗੁਰ ਪਾਸ, ਜਿਨਾ ਸਤ ਗੁਰ ਪੁਰਖ ਨਾ ਪੇਟੇ ਸੇ ਭਾਗਹੀਣ ਵਸ ਕਾਲ। ਗੁਰੂ ਸਾਹਿਬ ਜੀ ਜਿਹਨਾਂ ਲਫ਼ਜ਼ ਜਿਹੜਾ ਫਰਮਾ ਰਹੇ ਹੈ, ਇਹ ਵੀ ਇੱਕ ਮੁਸ਼ਤਰਕਾ ਲਫ਼ਜ਼ ਹੈ। ਕਿਸੇ ਦਾ ਕੋਈ ਨਾਂ ਨਹੀਂ ਹੈ, ਕਿਸੇ ਦਾ ਨਾਂ ਨਹੀਂ, ਇਹ ਸਾਂਝਾ ਲਫ਼ਜ਼ ਹੈ। ਗੁਰੂ ਸਾਹਿਬ ਜੀ ਫਰਮਾ ਰਿਹਾ ਕਿ ਜਿਹਨਾਂ ਸਤਿਗੁਰ ਪੁਰਖ ਨਾ ਪੇਟਿਓ, ਭਾਈ ਉਹ ਕਾਲ ਦੇ ਬਸ ਆ ਗਏ, ਉਹਨਾਂ ਦੇ ਕਰਮ ਬਹੁਤ ਹੀਣੇ ਹੋ ਗਏ, ਉਹਨਾਂ ਦੇ ਕਰਮ ਬਹੁਤ ਛੋਟੇ ਬਣ ਗਏ। ਉਹਨਾਂ ਦੀ ਮੌਤ ਦੇ ਵਕਤ ਜਮਦੂਤ ਆ ਗਏ ਔਰ ਉਹਨਾਂ ਦੀ ਰੂਹ ਆਤਮਾ ਕੱਢ ਕੇ ਲੈ ਗਏ, ਧਰਮਰਾਜ ਦੇ ਪੇਸ਼ ਕੀਤੀ। ਧਰਮਰਾਜ ਨੇ ਲੇਖਾ ਕਰਕੇ ਉਹਨਾਂ ਨੂੰ ਸਜ਼ਾ ਦੇ ਦਿੱਤੀ। ਕੀ ਸਜ਼ਾ ਦਿੱਤੀ? 84 ਵਿੱਚ 84 ਦੇ ਕੁੱਤੇ ਬਿੱਲੇ ਕੀੜੇ ਮਕੌੜੇ ਪਸ਼ੂ ਪਰਿੰਦੇ ਭੂਤ ਪ੍ਰੇਤ ਬਣਨਾ ਪਿਆ। ਦੇਖੋ ਕਿੱਡੀ ਵੱਡੀ ਸਜ਼ਾ ਹੈ, ਪਰ ਜਿਹਨਾਂ ਨੇ ਦੱਸਿਆ ਇਹ ਨਹੀਂ ਪਤਾ ਕੌਣ ਹੈ ਅਤੇ ਕੌਣ ਨਹੀਂ, ਜਿਹਨਾਂ ਸਤਿਗੁਰ ਪੁਰਖ ਨਾ ਪੇਟ, ਜਿਹਨਾਂ ਨੇ ਉਹਨਾਂ ਦਾ ਦੱਸਿਆ ਹੋਇਆ ਜੋ ਨਿਯਮ ਕੰਮ ਸੀ ਉਹ ਨਹੀਂ ਕੀਤਾ, ਉਹਨਾਂ ਦੇ ਬਾਰੇ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਇਹ ਨਹੀਂ ਪਤਾ ਉਹ ਕੌਣ ਹੈ। ਸੰਤਾਂ ਵਿੱਚ ਇਹ ਬੜੀ ਤਰੀਫ ਹੁੰਦੀ ਹੈ, ਉਹ ਕਿਸੇ ਦਾ ਨਾਂ ਨਹੀਂ ਲੈਂਦੇ, ਉਹ ਕਿਸੇ ਦਾ ਵੀ ਨਾਂ ਨਹੀਂ ਲੈਂਦੇ, ਉਹ ਸਾਂਝਾ ਕਹਿਣਗੇ, ਸਾਰਿਆਂ ਨੂੰ ਕਹਿਣਗੇ। ਹਾਂਜੀ, ਜੇ ਨਾ ਸਤ ਗੁਰ ਪੁਰਖ ਨਾ ਪੇਟੇ ਸੇ ਭਾਗਹੀਣ ਵਸ ਕਾਲ, ਉਹ ਫਿਰ ਫਿਰ ਜੋ ਨ ਪੁਆਈਐ ਵਿੱਚ ਵਿਸ਼ਟਾ ਕਰ ਵਿਕਰਾਲ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਉਹ ਫਿਰ ਫਿਰ ਕੇ ਜੂਨਾਂ ਵਿੱਚ ਆਣਗੇ,
ਕਦੀ ਐਸੀ ਵੀ ਜੂਨ ਆ ਜਾਏਗੀ ਕਿ ਉਹਨਾਂ ਨੂੰ ਬਿਸ਼ਟੇ ਦੇ ਕੀੜੇ ਬਣਨਾ ਪਏਗਾ। ਦੇਖੋ ਕਿਤਨਾ ਔਖਾ, ਕਿੱਥੇ ਮਨੁੱਖਾ ਜਨਮ, ਕਿੱਥੇ ਵੱਡੀ ਰਾਜਧਾਨੀ ਮਿਲੀ ਹੈ, ਕਿੱਥੇ ਇਤਨਾ ਬੜਾ ਸੁਖ ਔਰ ਕਿੱਥੇ ਬਿਸ਼ਟੇ ਦੇ ਕੀੜੇ। ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ ਹੈ, ਸੰਤਾਂ ਦੀ ਬਾਣੀ ਇੱਕ ਪੱਥਰ 'ਤੇ ਲੀਕ ਹੁੰਦੀ ਹੈ, ਸੰਤਾਂ ਦੀ ਬਾਣੀ ਪੱਥਰ 'ਤੇ ਲੀਕ ਹੈ, ਇਹ ਕਦੇ ਮਿਟਦੀ ਨਹੀਂ। ਜੋ ਵੀ ਉਹ ਕਹਿੰਦੇ ਹੈ ਉਹ ਸਹੀ ਕਹਿੰਦੇ ਹੈ। ਉਹ ਫਿਰ ਕੇ ਜੂਨਾਂ ਵਿੱਚ ਆਉਣਗੇ, ਕਦੀ ਐਸੀ ਜੂਨ ਵਿੱਚ ਵੀ ਆ ਜਾਣਗੇ ਕਿ ਉਹਨਾਂ ਨੂੰ ਕਿੰਨੀ ਖੁਸ਼ੀ, ਕਿਤਨਾ ਇਸ ਨੂੰ ਅੱਛਾ ਮੌਕਾ ਮਿਲਿਆ, ਕਿੱਥੇ ਇਸ ਨੇ ਬਿਸ਼ਟੇ ਦੇ ਕੀੜੇ ਬਣ ਜਾਣਾ। ਪਰ ਕਿਉਂ ਬਣਿਆ? ਕਰਮਾਂ ਦੇ ਅਨੁਸਾਰ। ਉਹ ਫਿਰ ਕੇ ਜੂਨਾਂ ਦੇ ਵਿੱਚ ਜਾਣਗੇ, ਚਾਹੇ ਕੋਈ ਰਾਜਾ ਮਹਾਰਾਜਾ ਹੈ, ਕੋਈ ਸ਼ਾਹੂਕਾਰ ਸੇਠ ਹੈ, ਕੋਈ ਗਰੀਬ ਹੀਰ ਹੈ, ਇਸਤਰੀ ਪੁਰਸ਼ ਹੈ, ਇਹ ਨਾਂ ਨਹੀਂ ਕਿਸੇ ਦਾ। ਉਹ ਕਰਮਾਂ ਦੇ ਲਿਹਾਜ਼ ਨਾਲ, ਕਿਸੇ ਕਰਮ ਕੀਤੇ ਹੈ ਉਹਨਾਂ ਨੂੰ ਕਰਮਾਂ ਦੀ ਸਜ਼ਾ, ਬਿਸ਼ਟੇ ਦੇ ਕੀੜੇ ਵੀ ਬਣਨਾ ਪਏਗਾ। ਦੇਖੋ ਕਿੱਡੀ ਵੱਡੀ ਸਜ਼ਾ ਹੈਗੀ। ਹਾਂਜੀ। ਉਹ ਫਿਰ ਜੋ ਨਾ ਪੋਈ ਵੇਸ਼ਤਾ ਕਰ ਵਿਕਰਾਲ, ਉਹ ਨਾ ਪਾਸ ਦੁਆਸ ਨਾ ਪਿੱਟੀ ਜਿਨ੍ਹਾਂ ਅੰਤਰ ਕ੍ਰੋਧ ਚੰਡਾਲ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਉਹਨਾਂ ਦੇ ਪਾਸ ਬੈਠਣ ਦੀ ਕੋਸ਼ਿਸ਼ ਨਾ ਕਰੋ ਜਿਨ੍ਹਾਂ ਦੇ ਅੰਦਰ ਕ੍ਰੋਧ ਚੰਡਾਲ। ਕ੍ਰੋਧ ਨੂੰ ਸੰਤਾਂ ਨੇ ਚੰਟਾਲ ਕਿਸ ਵਾਸਤੇ ਕਿਹਾ ਕਿ ਜਦੋਂ ਵੀ ਜਿਹਦੇ ਵਿੱਚ ਆ ਜਾਂਦਾ ਹੈ, ਇਹ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਇਹ ਇਤਨਾ ਚੰਟਾਲ ਹੋ ਜਾਂਦਾ ਹੈ ਕਿ ਭਰਾ ਨੂੰ ਨਹੀਂ ਦੇਖਦਾ, ਪਿਓ ਨੂੰ, ਪੁੱਤ ਨੂੰ ਨਹੀਂ ਦੇਖਦਾ, ਇਹ ਕਿਸੇ ਰਿਸ਼ਤੇਦਾਰ ਨੂੰ ਨਹੀਂ ਦੇਖਦਾ। ਇੱਕ ਵਾਰ ਕ੍ਰੋਧ ਕਾਰਨ ਪਰਿਵਾਰ ਹੀ ਸਾਰਾ ਖਤਮ ਹੋ ਗਿਆ। ਇੱਕ ਬੰਦੇ ਨੇ ਇੱਕ ਪਸ਼ੂ ਵੇਚਿਆ ਅਤੇ ਉਹ ਪੈਸੇ ਆਪਣੇ ਘਰ ਵਾਲੀ ਨੂੰ ਉਸਨੇ ਦਿੱਤੇ ਵੀ ਰੱਖ ਲੈ, ਅਤੇ ਪਸ਼ੂ ਨੂੰ ਅੱਗੇ ਕਰਨ ਗਿਆ ਅਤੇ ਘਰ ਵਾਲੀ ਰੋਟੀ ਪਕਾ ਰਹੀ ਸੀ, ਉਸਨੇ ਕੀ ਕੀਤਾ ਆਪਣੇ ਕੋਲ ਹੀ ਰੱਖ ਲਿਆ, ਆਪਣੇ ਮੂੜਾ ਜਿਹਾ ਸੀ ਉੱਥੇ ਥੱਲੇ, ਛੋਟਾ ਜਿਹਾ ਬੱਚਾ ਸੀ, ਉਸਨੇ ਖੇਡਦਿਆਂ ਪੈਸੇ ਦੀ ਥੱਬੀ ਲਈ ਅਤੇ ਉਹਨੇ ਚੁੱਲ੍ਹ 'ਚ ਸੁੱਟ ਦਿੱਤੀ, ਅਤੇ ਉਸ ਰੋਟੀ ਪਕਾਉਂਦੀ ਨਾ ਉਹ ਵੇਲਣਾ ਮਾਰਿਆ ਬੱਚੇ ਨੂੰ, ਅਤੇ ਬੱਚਾ ਮਰ ਗਿਆ। ਜਦੋਂ ਬੱਚਾ ਮਰ ਗਿਆ ਅਤੇ ਉੱਧਰੋਂ ਉਹ ਆਇਆ ਘਰ ਵਾਲਾ ਅਤੇ ਪੁੱਛਿਆ ਕੀ ਗੱਲ ਹੋਈ ਹੈ, ਉਹਨੂੰ ਦੱਸੀ ਗੱਲ ਆ ਹੋਈ ਹੈ ਅਤੇ ਉਹਨੂੰ ਮਾਰਿਆ ਵੇਲਣਾ ਅਤੇ ਉਹ ਘਰ ਵਾਲੀ ਮਰ ਗਈ, ਪਰਿਵਾਰ ਹੀ ਖਤਮ ਹੋ ਗਿਆ। ਇਹ ਕ੍ਰੋਧ ਚੰਟਾਲ ਜਿਹੜਾ, ਇਹ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਇਸ ਵਾਸਤੇ ਇਸ ਨੂੰ ਚੰਟਾਲ ਕਿਹਾ ਗਿਆ ਕਿ ਜਿਹਦੇ ਅੰਦਰ ਇਹ ਚੰਟਾਲ ਹੈ
ਉਹਦੇ ਪਾਸ ਬੈਠਣ ਦੀ ਕੋਸ਼ਿਸ਼ ਨਾ ਕਰੋ। ਉਹ ਆਪ ਤੇ ਪੇਟਿਆ ਪਰਛੇਟਿਆ ਹੋਇਆ, ਆਪ ਤੇ ਗੰਦਾ ਹੋਇਆ, ਜੇ ਤੁਸੀਂ ਬੈਠੋਗੇ ਉਹਦੇ ਪਾਸ ਤੇ ਤੁਹਾਨੂੰ ਵੀ ਗੰਦਾ ਕਰ ਦੇ। ਇਸ ਵਾਸਤੇ ਉਹਦੇ ਪਾਸ ਬੈਠਣ ਦੀ ਜ਼ਰੂਰਤ ਨਹੀਂ, ਉਹਦੇ ਕੋਲੋਂ ਕਿਨਾਰਾ ਕਸ਼ ਕਰ ਜਾਓ, ਉਹਦੀ ਅੱਛੀ ਗੱਲ ਹੈ। ਹਾਂਜੀ, ਉਹ ਨਾ ਪਾਸ ਦੁਆਸ ਨਾ ਪਿਤੀਏ, ਜਿਨ ਅੰਤਰ ਕ੍ਰੋਧ ਚੰਡਾਲ, ਸਤ ਗੁਰ ਪੁਰਖ ਅੰਮ੍ਰਿਤ ਸਰ ਹੈ, ਵੱਡ ਭਾਗੀ ਨਾਵੇ ਆਏ। ਸਤਿਗੁਰ ਪੁਰਖ ਅੰਮ੍ਰਿਤ ਸਰ, ਬੜ ਭਾਗੀ ਨਾਵੇ ਆਏ। ਸਤਿਗੁਰ ਅੰਮ੍ਰਿਤ ਦਾ ਸਰ ਕੀ ਹੁੰਦਾ ਹੈ ਕਿ ਸਤਿਗੁਰ ਦੇ ਬਚਨ ਜਦ ਵੀ ਜੀਵ ਸੁਣਦਾ ਹੈ ਉਹਦੇ ਅੰਦਰੋਂ ਕਈ ਭਾਵ ਅਤੇ ਕਈ ਗਲਤ ਗੱਲਾਂ ਜਿਹੜੀਆਂ ਉਹ ਨਿਕਲਣਾ ਸ਼ੁਰੂ ਹੋ ਜਾਂਦੀਆਂ ਨੇ, ਉਸ ਨੂੰ ਇਸ਼ਨਾਨ ਹੋਣਾ ਸ਼ੁਰੂ ਹੋ ਜਾਂਦਾ। ਜਿਸ ਤਰ੍ਹਾਂ ਬਾਣੀ 'ਚ ਦੱਸਿਆ ਹੈ, ਸੰਤ ਕਾ ਦਰਸ਼ਨ ਪੂਰਨ ਇਸ਼ਨਾਨ। ਕਿਉਂ ਇਸ਼ਨਾਨ ਹੋਇਆ? ਕਿ ਜਿਹੜੇ ਅੰਦਰ ਭਾਵ ਸੀ, ਜਿਹੜੀਆਂ ਗਲਤ ਅੰਦਰ ਰਾਏ ਸੋਚੀਆਂ ਸਨ, ਉਹ ਨਿਕਲ ਗਈ। ਜਦੋਂ ਉਹ ਨਿਕਲ ਗਈਆਂ, ਇਸ਼ਨਾਨ ਹੋ ਗਿਆ। ਗੁਰੂ ਸਾਹਿਬ ਜੀ ਫਰਮਾਉਂਦੇ ਕਿ ਕੋਈ ਭਾਗਾਂ ਵਾਲਾ ਉਹਨਾਂ ਦਾ ਉਹ ਅੰਮ੍ਰਿਤ ਪੀਏਗਾ, ਉਹ ਇਸ਼ਨਾਨ ਕਰੇਗਾ। ਕਰਮਾਂ ਵਾਲਾ ਕੋਈ ਕਰਮ ਕਿੱਥੋਂ ਲਏ ਜੀ? ਕਰਮ ਇਸ ਨੂੰ ਅੱਗੇ ਨਹੀਂ ਆਉਣ ਦਿੰਦੇ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਬੜੇ ਅੱਛੇ ਭਾਗ ਜੀਵ ਦੇ ਹੋਣ 'ਤੇ ਸਤਸੰਗ ਹੀ ਬੈਠ ਸਕਦਾ, ਸਤਸੰਗ ਦੇ ਵਿੱਚ ਬੈਠ ਸਕਦਾ ਹੈ, ਨਹੀਂ ਤਾਂ ਸਤਸੰਗ ਵਿੱਚ ਬੈਠਣਾ ਵੀ ਬਹੁਤ ਮੁਸ਼ਕਲ ਹੈ। ਖੋਟੇ ਭਾਗਾਂ ਵਾਲਾ ਨਹੀਂ ਬੈਠ ਸਕਦਾ। ਇੱਕ ਵਾਰ ਕਿਸੇ ਮਹਾਂਪੁਰਖਾਂ ਦਾ ਸਤਸੰਗ ਲੱਗਾ ਸੀ, ਸੰਗਤ ਬੈਠੀ ਸੀ, ਵਿੱਚ ਇੱਕ ਸੁਥਰਾ ਫਕੀਰ ਵੀ ਬੈਠਾ ਸੀ। ਸੁਧਰੇ ਫਕੀਰ ਨੇ ਦੋ ਚਾਰ ਸ਼ਬਦ ਸੁਣੇ ਅਤੇ ਉਸ ਨੇ ਮੂੰਹ ਦੂਜੇ ਪਾਸੇ ਕਰ ਦਿੱਤਾ ਅਤੇ ਉੱਧਰ ਪਿੱਠ ਕਰ ਦਿੱਤੀ। ਸਤਸੰਗ ਦੇ ਬਾਅਦ ਸੰਗਤ ਨੇ ਮਹਾਂਪੁਰਖਾਂ ਨੂੰ ਕਿਹਾ, ਮਹਾਰਾਜ, ਇਸ ਨੇ ਬੜੀ ਤੁਹਾਡੀ ਤਹਿਨ ਕੀਤੀ ਹੈ ਕਿ ਤੁਹਾਡੇ ਵੱਲ ਪਿੱਠ ਕਰ ਦਿੱਤੀ, ਦੂਜੇ ਪਾਸੇ ਮੂੰਹ ਕਰ ਦਿੱਤਾ। ਉਹਨੂੰ ਪੁੱਛਿਆ, ਸੁਥਰਿਆ, ਕੀ ਗੱਲ, ਤੂੰ ਪਿੱਠ ਕਿਉਂ ਕਰ ਦਿੱਤੀ? ਕਹਿੰਦਾ, ਮਹਾਰਾਜ, ਇਹ ਬੜੇ ਤਕੜੇ ਹੈ, ਮੇਰੇ ਤੇ ਪੰਜ ਚਾਰ ਛਿੱਤਰ ਫੇ ਮੂੰਹ ਤੇ ਮੇਰਾ ਮੂੰਹ ਗਿਆ ਭੱਜ, ਅਤੇ ਮੈਂ ਮੂੰਹ ਮੋੜ ਕੇ ਅਤੇ ਇੱਧਰ ਮੋਰ ਕਰ ਦਿੱਤੇ ਵੀ ਇੱਧਰ ਸੁੱਟੀ ਜਾਓ ਜਿੰਨੇ ਸੁੱਟਣੇ ਹੈਗੇ, ਇਹ ਮੋਰ ਤਕੜੇ ਹੈਗੇ, ਇੱਧਰ ਜਿੰਨੇ ਪੈਂਦੇ ਆ ਪੈਣ ਦਿਓ, ਦੋ ਚਾਰ ਮੇਰੇ ਛਿੱਤਰ ਪਏ ਮੇਰੇ ਮੂੰਹ ਦੇ ਉੱਤੇ, ਮੇਰਾ ਮੂੰਹ ਸਾਰਾ ਭੱਜ ਗਿਆ ਜੀ। ਮਕਸਦ ਇਹ ਹੁੰਦਾ ਕਿ ਇਹ ਮੰਨਣ ਵਾਲੇ ਨੂੰ ਪਤਾ ਲੱਗਦਾ ਹੈ, ਇਹ ਮੰਨਣ ਵਾਲੇ ਨੂੰ ਬਾਣੀ ਜਿਹੜੀ ਹੈ ਉਹ ਅੰਦਰ ਸ਼ੇਖ ਕਰਦੀ ਹੈ, ਉਹ ਅੰਦਰ ਯਕਮ ਕਰਦੀ ਹੈ, ਅੰਦਰ ਉਹਦੇ ਪਿਆਰ ਲਿਆਉਂਦੀ ਏ, ਅੰਦਰ ਉਸਦੇ ਵਿਰਾਗ ਲਿਆਉਂਦੀ ਏ। ਜਿਹੜਾ ਨਹੀਂ ਮੰਨਦਾ ਉਸ ਨੂੰ ਕੱਖ ਵੀ ਨਹੀਂ ਕਰਦੀ, ਉਹਦੇ ਵਾਸਤੇ ਕੁਝ ਵੀ ਨਹੀਂ। ਜਿਹੜਾ ਮੰਨਦਾ ਹੈ, ਜਿਹਨੂੰ ਪਿਆਰ ਹੈ ਅੰਦਰ, ਉਹਨੂੰ ਬਾਣੀ ਵਾਕਿਆ ਹੀ ਉਹਦੇ ਅੰਦਰ, ਜਿਸ ਤਰ੍ਹਾਂ ਕਿਸੇ ਮਣਕੇ ਅੰਦਰ ਛੇਕ ਹੁੰਦੇ ਹੈ,
ਇਸ ਤਰ੍ਹਾਂ ਉਹਦੇ ਅੰਦਰ ਉਹ ਛੇਕ ਆਉਂਦੇ ਆ, ਉਹ ਵਰਾਗ ਆਉਂਦਾ, ਪਿਆਰ ਆਉਂਦਾ ਉਹਦੇ ਅੰਦਰ। ਹਾਂਜੀ, ਸਤ ਗੁਰ ਪੁਰਖ ਅੰਮ੍ਰਿਤ ਸਰ ਹੈ ਬੜ ਭਾਗੀ ਨਾਵੇ ਆਏ, ਉਹ ਨਾ ਜਨਮ ਜਨਮ ਕੀ ਮੈਲ ਉਤਰੈ, ਨਿਰਮਲ ਨਾਮ ਦ੍ਰਿੜਾਏ। ਸਤਿਗੁਰ ਕੀ ਕਹਿੰਦੇ ਹੈ ਕਿ ਉਹ ਨਿਰਮਲ ਸ਼ਬਦ, ਨਿਰਮਲ ਸਿੱਖਿਆ ਜਾਂ ਵਿਚਾਰ ਕਹਿ ਦਿਓ, ਜਦ ਅਸੀਂ ਉਹਨਾਂ ਦੇ ਪਾਸ ਜਾਵਾਂਗੇ ਉਹ ਸਾਨੂੰ ਅੱਛੀ ਸਿੱਖਿਆ ਦੇਣਗੇ, ਉਹ ਨਾਮ ਦੇਣਗੇ ਭਾਈ ਨਾਮ ਜਪ। ਸਾਡੇ ਜਨਮਾਂ ਜਨਮਾਂ ਦੇ ਜੋ ਕਰਮ ਹੋਣਗੇ ਉਹ ਖਤਮ ਹੋ ਜਾਣਗੇ, ਉਹ ਸਾਨੂੰ ਪੂਰਨ ਇਸ਼ਨਾਨ ਹੋ ਜਾਏਗਾ, ਸਾਨੂੰ ਇਸ਼ਨਾਨ ਹੋ ਜਾਏਗਾ, ਸਾਡੇ ਜਨਮਾਂ ਦੇ ਕਰਮ ਜਿਹੜੇ ਹੈ ਉਹ ਤਪਾਹ ਹੋ ਜਾਣਗੇ। ਹਾਂਜੀ, ਉਹ ਨਾ ਜਨਮ ਜਨਮ ਕੀ ਮੈਲ ਉਤਰੈ, ਨਿਰਮਲ ਨਾਮ ਦ੍ਰਿੜਾਏ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਜਿਸ ਜੀਵ ਦੇ ਅੰਦਰ ਪਿਆਰ ਹੈ, ਜਦ ਉਹ ਸਤਸੰਗ ਵਿੱਚ ਬੈਠਦਾ ਹੈ ਉਹਦੇ ਸਿਰ ਤੋਂ ਭਾਰ ਇਸ ਤਰ੍ਹਾਂ ਲੱਥਦਾ ਹੈ ਕਿ ਜਿਸ ਤਰ੍ਹਾਂ ਕਿਸੇ ਨੇ ਦਾਣਿਆਂ ਦੀ ਬੋਰੀ ਚੁੱਕੀ ਹੁੰਦੀ ਹੈ ਅਤੇ ਉਹਦੇ ਸਿਰ ਤੋਂ ਡਿੱਗ ਪੈਂਦੀ ਹੈ, ਡਿੱਗ ਕੇ ਉਹ ਬੋਰੀ ਪਾੜ ਜਾਂਦੀ ਹੈ, ਦਾਣਾ ਦਾਣਾ ਖਿਲਰ ਜਾਂਦਾ, ਉਹ ਦਾਣਾ ਦਾਣਾ ਮੁੜ ਕੇ ਇਕੱਠਾ ਨਹੀਂ ਹੁੰਦਾ, ਉਹ ਮੁੜ ਕੇ ਜਮੈ ਨਹੀਂ ਹੁੰਦੀ ਬੋਰੀ। ਇਸ ਤਰ੍ਹਾਂ ਜਿਹੜਾ ਪ੍ਰੇਮੀ ਹੈ, ਜਿਸ ਨੂੰ ਬਾਣੀ ਜਿਹੜੀ ਹੈ ਉਹ ਘਰ ਕਦੀ ਸੁਣਦਾ ਹੈ ਪਿਆਰ ਦੇ ਨਾਲ, ਇਸ ਤਰ੍ਹਾਂ ਉਹਦਾ ਬੋਝ ਜਿਹੜਾ ਉਹ ਬੋਝ ਸਿਰ ਤੋਂ ਲੱਥਦਾ ਹੈ। ਅਤੇ ਕਈ ਐਸੇ ਜੀਵ ਨੇ ਜਿਹੜੇ ਕੋਈ ਨਾ ਕੋਈ ਨੁਕਤਾ ਦੇਖਦੇ ਹੈ ਕਿ ਅਸੀਂ ਬਾਹਰ ਜਾ ਕੇ ਕੋਈ ਨਾ ਕੋਈ ਗੱਲ ਕਰਨਾ ਸ਼ੁਰੂ ਕਰ ਦਈਏ, ਕੋਈ ਨਿੰਦਿਆ ਕਰਨਾ ਸ਼ੁਰੂ ਕਰ ਦਈਏ, ਉਹ ਇਹੀ ਸੋਚਦੇ ਰਹਿੰਦੇ ਹੈ, ਉਹ ਬੋਝ ਚਾੜ ਕੇ ਜਾਂਦੇ, ਉਹਨਾਂ ਦਾ ਬੋਝ ਨਹੀਂ ਲੱਥਦਾ, ਉਹ ਭਾਰ ਚੁੱਕ ਕੇ ਲੈਂਦੇ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਫਰਮਾਉਂਦੇ ਹੁੰਦੇ ਸੀ ਕਿ ਜਿਹੜੇ ਜੀਵ ਪ੍ਰੇਮੀ ਸਮਝਦੇ ਹੈ ਭਾਈ ਉਹਨਾਂ ਦਾ ਸਿਰ ਤੋਂ ਭਾਰ ਲੱਥਦਾ ਹੈ, ਉਹਨਾਂ ਦਾ ਬਹੁਤ ਹਲਕਾ ਭਾਰ ਹੋ ਜਾਂਦਾ ਹੈ। ਅਤੇ ਕਈ ਉਹਨਾਂ ਦੀ ਘਟਨਾ, ਕਈ ਕਰਮ ਐਸੇ ਹੁੰਦੇ, ਕਈ ਗੱਲਾਂ ਐਸੀਆਂ ਮਿਥੀਆਂ ਹੁੰਦੀਆਂ ਨੇ ਜਿਹੜੀਆਂ ਬਿਲਕੁਲ ਤਪਾ ਕਰ ਦਿੰਦੇ, ਉਹ ਖਤਮ ਕਰ ਦਿੰਦੇ ਹੈ। ਹਾਂਜੀ, ਉਹ ਨਾ ਜਨਮ ਜਨਮ ਕੀ ਮੈਲ ਉਤਰੈ, ਨਿਰਮਲ ਨਾਮ ਦ੍ਰਿੜਾਏ, ਜਨ ਨਾਨਕ ਉਤਮ ਪਦ ਪਾਇਆ, ਸਤ ਗੁਰ ਕੀ ਲਿਵ ਲਾਏ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਜਨ ਨਾਨਕ ਉੱਤਮ ਪਦ ਪਾਇਆ, ਕਿ ਅਸੀਂ ਉੱਤਮ ਦੇਸ਼ ਪਾਇਆ, ਪਰ ਕਿਸ ਤਰ੍ਹਾਂ ਸਤਿਗੁਰ ਕੀ ਲਿਵ ਲਾਏ, ਸਤਿਗੁਰ ਨਾਲ ਪਿਆਰ ਕੀਤਾ, ਮੁਹੱਬਤ ਕੀਤੀ, ਉਹਨਾਂ ਦੇ ਕਹਿਣੇ ਮੁਤਾਬਕ ਅਸੀਂ ਕੰਮ ਕੀਤਾ ਤਾਂ ਸਾਨੂੰ ਉੱਤਮ ਦੇਸ਼ ਮਿਲ ਗਿਆ, ਅਸੀਂ ਆਪਣੇ ਘਰ ਪਹੁੰਚ ਗਏ, ਆਪਣੇ ਦੇਸ਼ ਚਲਾ ਗਏ,
ਜਿਸ ਤਰ੍ਹਾਂ ਪਾਣੀ ਦਾ ਕਤਰਾ ਇੱਕ ਸਮੁੰਦਰ ਚਲਾ ਜਾਂਦਾ ਉਹ ਸਮੁੰਦਰ ਬਣ ਜਾਂਦਾ ਹੈ, ਇਸ ਤਰ੍ਹਾਂ ਸਾਡੀ ਆਤਮਾ ਪਰਮਾਤਮਾ ਦੇ ਨਾਲ ਮਿਲ ਗਈ। ਸਾਡੀ ਆਤਮਾ ਦਾ ਪਤੀ ਪਰਮਾਤਮਾ ਹੈ, ਉਹ ਪਰਮਾਤਮਾ ਨਾਲ ਮਿਲ ਗਈ, ਉਹ ਇੱਕਮਿੱਕ ਹੋ ਗਈ, ਕੋਈ ਦੁਨੀਆਂ ਦਾ ਦੁੱਖ ਸੁੱਖ ਨਹੀਂ ਰਿਹਾ। ਹਾਂਜੀ, ਜਨ ਨਾਨਕ ਉਤਮ ਪਦ ਪਾਇਆ ਸਤ ਗੁਰ ਕੀ ਲੇਵਲਾਏ।